ਹੇ ਗੁਰ ਵਾਹਿਗੁਰੂ ਹਾਂਜੀ ਪੰਕਤੀ ਦੱਸਿਓ ਜੀ 8 ਪਟਨਗੜ ਕੋਠੜੀ ਸੱਚ ਸੋਤਾ ਬੰਦ ਇਹ ਹੋ ਗਿਆ ਹਾਂਜੀ ਹਾਂਜੀ ਅੱਜ ਦਾ ਜਿਹੜਾ ਸ਼ਬਦ ਹੈ ਜੀ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 57 ਜੀ ਠੀਕ ਹੈ ਜੀ 57 ਦੇ ਉੱਪਰ ਅੰਕਿਤ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਅਸ਼ਪਦੀਏ ਅੱਠ ਪਦਿਆਂ ਦਾ ਇਹ ਸ਼ਬਦ ਹੈ ਜੀ ਰਹਾਉ ਪਦੇ ਵਿੱਚ ਸੀ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਹੀ ਮੈਲ ਨਾਹੀ ਨਿਰਮਲ ਜਲ ਨਾਹੀ ਦੱਸਿਆ ਜਾਂਦਾ ਸੀ ਕਿ ਕਿਸੇ ਧਾਰਮਿਕ ਸਥਾਨ ਤੇ ਬਣੇ ਹੋਏ ਅਗਰ ਸਰੋਵਰ ਵਿੱਚ ਨਦੀ ਤੇ ਜਾਂ ਦਰਿਆ ਤੇ ਜਿਹਨੂੰ ਧਾਰਮਿਕ ਸਥਾਨ ਮੰਨਿਆ ਉਹ ਇਸ਼ਨਾਨ ਕੀਤਾ ਤੇ ਅੰਦਰਲੇ ਪਾਪ ਕੱਟੇ ਗਏ ਇਹ ਦੱਸਿਆ ਜਾਂਦਾ ਸੀ ਪਾਪ ਆਦਤਾਂ ਵਿੱਚ ਹੈ ਪਾਪ ਸੋਚ ਵਿੱਚ ਹੈ ਗੁਰੂ ਪਾਤਸ਼ਾਹ ਕਹਿੰਦੇ ਪਾਣੀ ਦੇ ਨਾਲ ਸਰੀਰ ਨਿਰਮਲ ਹੋ ਸਕਦਾ ਹੈ ਸੁਭਾਅੋਂ ਨਹੀਂ ਸੋਚ ਨਹੀਂ ਸੋਚ ਤੇ ਸੁਭਾਉ ਉਪਦੇਸ਼ ਰੂਪੀ ਗਿਆਨ ਰੂਪੀ ਪਾਣੀ ਦੇ ਨਾਲ ਹੀ ਜਿਹੜਾ ਹੈ ਉਹ ਨਿਰਮਲ ਹੋ ਸਕਦਾ ਸੁਣਿਆ ਮੰਨਿਆ ਮਾਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ ਇਸ ਲਈ ਰਹਾਉਪਦੇ ਵਿੱਚ ਹੀ ਭਾਈ રે ਮੈਲ ਨਾਹੀ ਨਿਰਮਲ ਜਲ ਨਾਲ ਇਹ ਨਿਰਮਲ ਜਲ ਦੇ ਨਾਲ ਸੁਭਾਉ ਸੋਚ ਦੀ ਮੈਲ ਨਹੀਂ ਉਤਰ ਸਕਦੀ ਸਗੋਂ ਹੋਰ ਮੈਲ ਭਰੀ ਜਾਂਦੀ ਹੈ ਆਪਣੇ ਆਪ ਨੂੰ ਧਰਮੀ ਮੰਨ ਕੇ ਤੇ ਨਿਰਮਲ ਸੱਚਾ ਏਕ ਤੋ ਨਿਰਮਲਤਾ ਰੱਬ ਹੈ ਤੇ ਰੱਬ ਸੱਚਾ ਗਿਆਨ ਬਣ ਕੇ ਹੈ ਗਿਆਨ ਉਪਦੇਸ਼ ਹੈ ਉਪਦੇਸ਼ ਨੇ ਸੋਚ ਤੇ ਸੁਭਾਅ ਨੂੰ ਨਿਰਮਲ ਕਰਨਾ ਹੈ ਇਹ ਸੈਂਟਰਲ ਆਈਡੀਆਸ ਜੀ ਇਹਦੇ ਦੋ ਪਦਿਆਂ ਦੀ ਵਿਚਾਰ ਆਪਾਂ ਕਰ ਲਈ ਸੀ ਅੱਜ ਹੈ ਤੀਸਰਾ ਪਦਾ ਕਰੋ ਕਿਰਪਾ ਜੀ ਉਚਿਤ ਸੋ ਦਾ ਗਿਆਨ ਅੰਜਨ ਪੈ ਪੰਜਨਾ ਦੇਖਣ ਅੰਜਨ ਪਾਈ ਹਾਂਜੀ ਅੰਜਨ ਹੁੰਦਾ ਜੀ ਸੁਰਮਾ ਅੱਖਾਂ ਦੇ ਵਿੱਚ ਪਾਉਣ ਵਾਲਾ ਸੁਰਮਾ ਕਿਉਂ ਪਾਇਆ ਜਾਂਦਾ ਸੀ ਇਹ ਦੋ ਤਰੀਕਿਆਂ ਨਾਲ ਹੈ ਜੀ ਪਹਿਲਾਂ ਤਾਂ ਪਾਇਆ ਜਾਂਦਾ ਸੀ ਕਿ ਅੱਖਾਂ ਦੀ ਨਜ਼ਰ ਠੀਕ ਰਹੇ ਬਾਦ ਦੇ ਵਿੱਚ ਹੌਲੀ-ਹੌਲੀ ਇਹ ਫੈਸ਼ਨ ਬਣ ਗਿਆ। ਇਹ ਫੈਸ਼ਨ ਨਹੀਂ ਸੀ ਇਹ। ਜਿਵੇਂ ਅੱਖਾਂ ਦੇ ਵਿੱਚ ਕੋਈ ਮਿੱਟੀ ਘੱਟਾ ਜਾਲਾ ਬਣ ਜਾਣਾ ਧੁੰਦਲਾ ਦਿਸਣਾ। ਪੂਰਾ ਦਿਸ ਨਹੀਂ ਰਿਹਾ। ਸਾਨੂੰ ਬਹੁਤ ਕੁਝ ਐਸਾ ਹੈ ਜਿਹੜਾ ਸਾਡੇ ਚਾਰਚ ਫੇਰੇ ਸਾਡੇ ਅੰਦਰ ਬਾਹਰ ਵਾਪਰਦਾ ਸਾਨੂੰ ਦਿਸਦਾ ਨਹੀਂ। ਸਾਨੂੰ ਸਮਝ ਨਹੀਂ ਆਉਂਦੀ ਉਸ ਦੀ। ਕਦੀ ਕਦਾਂ ਹੀ ਕੋਈ ਗੱਲ ਚੱਲਦੀ ਹੈ ਘਰ ਦੇ ਵਿੱਚ ਉਸ ਗੱਲ ਦਾ ਕੀ ਅਸਰ ਪੈਂਦਾ ਹੋਵੇਗਾ ਸਾਡੇ ਬੱਚਿਆਂ ਤੇ ਅਸਰ ਕੀ ਪੈਂਦਾ ਹੋਵੇਗਾ ਸਾਡੇ ਘਰ ਦੇ ਮਾਹੌਲ ਤੇ ਅਸਰ ਕੀ ਪੈਂਦਾ ਹੋਵੇਗਾ ਸਾਡੇ ਘਰ ਦੇ ਮਾਹੌਲ ਵਿੱਚ ਚੰਗੇ ਜਾਂ ਮਾੜੇ ਉਹਦੇ ਬੀਜ ਕੀ ਬੀਜੇ ਜਾਂਦੇ ਹੋਣਗੇ ਸਾਨੂੰ ਦਿਸਦਾ ਨਹੀਂ ਕਿਉਂਕਿ ਸਾਡੇ ਅੰਦਰ ਸੋਜੀ ਦੀਆਂ ਅੱਖਾਂ ਧੁੰਦਲੀਆਂ ਨੇ ਠੀਕ ਹੈ ਉਹਦੇ ਚ ਸੁਰਮਾ ਕਿਹੜਾ ਚਾਹੀਦਾ ਗਿਆਨ ਦਾ ਗਿਆਨ ਅੰਜਨ ਉਸਨੇ ਕੀ ਕਰਨਾ ਹੈ ਕਿ ਇਹ ਜੇ ਸਾਨੂੰ ਸਮਝ ਆ ਵੀ ਜਾਂਦੀ ਹੈ ਤੇ ਉਸ ਮਾਰਗ ਤੇ ਤੁਰਨਾ ਨਾ ਔਖਾ ਬਹੁਤ ਲੱਗਦਾ ਇੱਕ ਡਰ ਲੱਗਦਾ ਮਨ ਨੂੰ ਕਿ ਮੈਂ ਇਥੋਂ ਨਹੀਂ ਤੁਰਿਆ ਜਾਣਾ ਮੇਰੇ ਨਹੀਂ ਇਦਾਂ ਹੋ ਸਕਦਾ ਤਾਂ ਇਹ ਜੋ ਗਿਆਨ ਦਾ ਸੁਰਮਾ ਇਹਨੇ ਅੰਦਰੋਂ ਪੈਨ ਨੂੰ ਦੂਰ ਕਰਨਾ ਹੈ ਪੈਨ ਨੂੰ ਦੂਰ ਕਰਨਾ ਹੈ ਸ਼ੁਰੂ ਸ਼ੁਰੂ ਚ ਲੱਗਦਾ ਹੋਵੇਗਾ ਨਹੀਂ 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 ਅਰਥ ਸਮਝਣੇ ਸਾਡੇ ਬਸ ਦੀ ਖੇਡ ਨਹੀਂ ਆਪਾਂ ਪਿੱਛੇ ਵਿਚਾਰਿਆ ਸੀ ਅੱਜ ਮੇਰੀ ਜਿਹੜੀ ਗੁਰਮਤਿ ਦੀ ਕਲਾਸ ਸੀ ਬੱਚਿਆਂ ਦੇ ਨਾਲ ਉਹਦੇ ਵਿੱਚ ਵੀ ਇਹੀ ਡਿਸਕਸ ਕੀਤਾ ਇੱਕ ਹੁੰਦਾ ਪਾਠ ਕਰਨਾ ਇੱਕ ਹੁੰਦਾ ਨਿਯਤ ਨਿਯਮ ਕਰਨਾ ਅਸੀਂ ਰਿਸਾਈਟਿੰਗ ਨੂੰ ਪਾਠ ਕਰਨਾ ਸਮਝ ਰਹੇ ਆਂ ਦੇ ਰੀਸਾਈਟਿੰਗ ਦੇ ਵਿੱਚ ਅਸੀਂ ਸਪੀਡ ਬਹੁਤ ਫਾਸਟ ਕਰ ਰਹੇ ਹਾਂ ਪਾਠ ਕਰਨ ਦੇ ਅਰਥ ਹੁੰਦਾ ਪੜਨਾ ਪੜਨ ਦੇ ਅਰਥ ਹੁੰਦਾ ਸਮਝਣਾ ਅੰਡਰਸਟੈਂਡਿੰਗ ਤੇ ਅੰਡਰਸਟੈਂਡਿੰਗ ਵਾਸਤੇ ਸਭ ਤੋਂ ਸੌਖਾ ਤਰੀਕਾ ਹੈ ਸਹਜੇ ਸਹਜੇ ਪਾਠ ਕਰਨਾ ਸਹਜ ਪਾਠ ਸਾਡੇ ਅੰਦਰ ਸਹਜ ਨਾ ਹੋਣ ਕਰਕੇ ਜ਼ਿੰਦਗੀ ਵਿੱਚ ਸਾਡਾ ਮਨ ਸਭ ਕੁਝ ਕਾਲੇ-ਕਾਲੇ ਪਣ ਵਿੱਚ ਕਰਦਾ ਹੈ ਸਵੇਰੇ ਉੱਠ ਕੇ ਤੇਜ਼ੀ ਤੇਜ਼ੀ ਨਾਲ ਤਿਆਰ ਹੋਣਾ ਤੇਜ਼ੀ ਤੇਜ਼ੀ ਨਾਲ ਨਿਕਲਣਾ ਮਿਸਟੇਕਸ ਜ਼ਿਆਦਾ ਹੋਣਗੀਆਂ ਕਾਲੇ ਪਣ ਵਿੱਚ ਮਿਸਟੇਕਸ ਹੁੰਦੀਆਂ ਰਹਿਣਗੀਆਂ ਤਾਂ ਅੰਦਰ ਸਹਿਜ ਨਾਲ ਹੋਣ ਕਰਕੇ ਅਸੀਂ ਧਾਰਮਿਕ ਪਠਨ ਨੂੰ ਵੀ ਫਾਸਟ ਸਪੀਡ ਵਿੱਚ ਕਰ ਲਿਆ ਕੇਵਲ ਅਸੀਂ ਨਹੀਂ ਸਾਰਿਆਂ ਨਹੀਂ Hindu veer ved smrthiyan shastra padde ne speed ਬਹੁਤ ਫਾਸਟ ਹੈ ਜੋਸ਼ਰੀ ਅਖੰਡ ਪਾਠ ਸਾਹਿਬ ਦੀ ਸਪੀਡ ਹੈ ਠੀਕ ਹੈ ਉਸ ਸਪੀਡ ਵਿੱਚ ਕੋਈ ਸੁਣਨ ਵਾਲਾ ਉਸ ਵਿੱਚੋਂ ਦੇਖੇ ਕਿ ਰਹਾਉ ਪਦਾ ਕਿਹੜਾ ਹੈ ਉਸ ਰਹਾਉ ਪਦੇ ਨਾਲ ਸੰਬੰਧਿਤ ਪਹਿਲੇ ਪਦੇ ਵਿੱਚ ਕੀ ਚੀਜ਼ ਕਹੀ ਗਈ ਹੈ ਦੂਜੇ ਵਿੱਚ ਕੀ ਕਹੀ ਗਈ ਹੈ ਚੌਥੇ ਵਿੱਚ ਕੀ ਕਹੀ ਗਈ ਹੈ ਇੰਪੋਸੀਬਲ ਕਿ ਇੰਨੀ ਸਪੀਡ ਵਿੱਚ ਕੋਈ ਸਮਝ ਲਏਗਾ ਏਕ ਉੱਥੇ ਪਾਠ ਕਰ ਰਿਹਾ ਦੂਸਰੇ ਬੈਠੇ ਸੁਣ ਰਹੇ ਨੇ ਸਾਨੂੰ ਲੱਗਦਾ ਹੈ ਕਿ ਸਹਿਜ ਪਾਠ ਜਾਂ ਖੰਡ ਪਾਠ ਸਭ ਹੋ ਰਿਹਾ ਠੀਕ ਹੈ ਤੇ ਸੰਗਤ ਸੁਣ ਰਹੀ ਹੈ ਬਾਹਰ ਆਏ ਨੂੰ ਪਾਠ ਕਰਨ ਵਾਲੇ ਨੂੰ ਪੁੱਛ ਲੈਣਾ ਦੋ ਸਵਾਲ ਪੁੱਛਨੇ ਕਿੰਨੇ ਅੰਗ ਕੀਤੇ ਹੈਗਾ ਜੀ 60 ਕਰ ਲੇ ਜੀ 70 ਕਰ ਲੇ ਜੀ 55 ਹੋ ਗਏ ਜੀ 60 ਅੰਗ ਦੇ ਵਿੱਚ ਕੋਈ ਸਿੱਖਿਆਵਾਂ ਵੀ ਹੋਣਗੀਆਂ ਉਹ ਕਿਹੜੀਆਂ ਕਿਹੜੀਆਂ ਕਹਿੰਗਾ ਮੇਰੇ ਤਾਂ ਧਿਆਨ ਚ ਨਹੀਂ ਉਹ ਦੁਆਰਾ ਤੁਹਾਨੂੰ ਜੀ ਸਪੀਡ ਫਾਸਟ ਬਹੁਤ ਸੀ ਸੁਣਨ ਵਾਲੇ ਨੇ ਘੰਟਾ ਸੁਣਿਆ ਉਹਨੂੰ ਬਾਹਰ ਆ ਕੇ ਪੁੱਛਣਾ ਕੀ ਕੀ ਸਿੱਖਿਆ ਇਹਦੇ ਚ ਨਹੀਂ ਮਿਲਿਆ ਫੇੜੇ ਗਿਆਨ ਦਾ ਸੁਰਮਾ ਹੀ ਨਹੀਂ ਮਿਲਿਆ ਤਾਂ ਉਹ ਚੀਜ਼ਾਂ ਦੱਸਣੀਆਂ ਕਿ ਮੈਂ ਜਿਹੜੀਆਂ ਦੱਸਣੀਆਂ ਚਾਹੀਦੀਆਂ ਨੇ ਤੂੰ ਸੋਚਿਓ ਕਦੀ ਗੁਰਬਾਣੀ ਪੜਨ ਵਾਲਾ ਵੀ ਜੇ ਕਹੇ ਇਹ ਅੰਮ੍ਰਿਤਸਰ ਕਲਾ ਕਹਿੰਦਾ ਨਿਭਣਾ ਨਹੀਂ ਮੈਂ ਤਾਂ ਨਿਭਾਨਾ ਹੀ ਤੇ ਬਾਕੀ ਸਾਰੇ ਪਾਸੇ ਨਿਭਣਾ ਸੌਖਾ ਹੀ ਹੈ ਜ਼ਿੰਦਗੀ ਜਿਉਣੀ ਨਿਭਣਾ ਸੌਖਾ ਹੀ ਹੈ ਰਿਸ਼ਤੇਦਾਰੀਆਂ ਨਾਲ ਨਿਭਣਾ ਪਰਿਵਾਰ ਨਾਲ ਨਿਭਣਾ ਇਹ ਸੌਖੀ ਜਿਹੀ ਖੇੜੀ ਹੈ ਜਿੱਥੇ ਅਸੀਂ ਜੌਬ ਕਰਦੇ ਹਾਂ ਉੱਥੇ ਨਿਭਣਾ ਪਰ ਉੱਥੇ ਸਭ ਕੁਝ ਕਰ ਲਏਗਾ ਓਕੇ ਕੰਮ ਕਰ ਲਏਗਾ ਇੱਧਰ ਇੱਕ ਭੈ ਸਭ ਤੋਂ ਵੱਡੀ ਬਾਤ ਇਹ ਹੈ ਸਾਡੇ ਚਾਰ ਚਫੇਰੇ ਜੋ ਕੁਝ ਵਾਪਰ ਰਿਹਾ ਹੈ ਸਾਡੇ ਅੰਦਰ ਤੇ ਸਾਡੇ ਬਾਹਰ ਉਸ ਵਰਤਾਰੇ ਵਿੱਚ ਕੋਈ ਨਾ ਕੋਈ ਸਿਰਜਣਾ ਹੋ ਰਹੀ ਹੈ ਸਾਡੇ ਅੰਦਰ ਵੀ ਸਿਰਜਣਾ ਹੋ ਰਹੀ ਹੈ ਸਾਡੇ ਬਾਹਰ ਵੀ ਸਿਰਜਣਾ ਹੋ ਰਹੀ ਹੈ ਉਹ ਚੰਗੀ ਵੀ ਹੈ ਮਾੜੀ ਵੀ ਹੈ ਕੁਝ ਸਿਰਜਣਾ ਐਸੀ ਹੋ ਰਹੀ ਹੈ ਜਿਹਦੇ ਨਾਲ ਸਾਡੇ ਅੰਦਰ ਨੁਕਸਾਨ ਹੁੰਦਾ ਹੈ ਕੁਝ ਸਿਰਜਣਾ ਐਸੀ ਹੋ ਰਹੀ ਜਿਹੜੇ ਬਾਹਰ ਨੁਕਸਾਨ ਹੁੰਦਾ ਹੈ ਕੁਝ ਸਿਰਜਣਾ ਨਾਲ ਫਾਇਦੇ ਹੁੰਦੇ ਨੇ ਪਰ ਕਰਤਾ ਤਾਂ ਇੱਕੋ ਹੀ ਹੈ ਨਾ ਨਿਜ਼ਮ ਤਾਂ ਉਸੇ ਦਾ ਚੱਲਦਾ ਹੈ ਨਾ ਉਸ ਨਿਜ਼ਮ ਨੂੰ ਸਮਝਣਾ ਉਸ ਕਰਤੇ ਨੂੰ ਸਮਝਣਾ ਠੀਕ ਹੈ ਉਦੇ ਲਈ ਗੂੜੀ ਪ੍ਰੀਤ ਰੱਬ ਦੇ ਨਾਲ ਕਿ ਮੇਰਾ ਦਾਤਾ ਹੀ ਸਭ ਕੁਝ ਕਰ ਰਿਹਾ ਹੈ ਇਹ ਦੇਖਣਾ ਹੈ ਹਰ ਵਰਤਾਰੇ ਵਿੱਚ ਉਹ ਦੇਖਣਾ ਹੈ ਕੁਝ ਵਰਤਾਰੇ ਨੇ ਦੁੱਖਾਂ ਦੀ ਦਾਸਤਾਨ ਸਿਰਜ ਦਿੰਦੇ ਨੇ ਮੇਰਾ ਦਾਤਾ ਕੁਝ ਕਰ ਰਿਹਾ ਉਹਦੇ ਵਿੱਚ ਕੱਲ ਆਪਾਂ ਸਿੱਖਿਆ ਸੀ ਮੈਂ ਫਿਰ ਰਿਪੀਟ ਕਰਦੇ ਹਾਂ ਜੇ ਕਿਤੇ ਟੀਚਰਜ਼ ਨੂੰ ਕਿਹਾ ਜਾਵੇ ਵੀ ਕਲਾਸ ਨੂੰ ਤਿੰਨ ਹਿੱਸਿਆਂ 'ਚ ਮੰਡਲਾ ਹੈ ਜਿਹੜੇ ਮੈਰਿਟ ਵਿੱਚ ਆਉਣ ਵਾਲੇ ਨੇ ਉਹਨਾਂ ਨੂੰ ਇੱਕ ਪਾਸੇ ਕੱਢ ਲੈ। ਜਿਹੜੇ 55% ਤੋਂ ਲੈ ਕੇ 85 ਤੱਕ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਪਾਸੇ ਕੱਢ ਲੈ। ਤੇ ਜਿਹੜੇ ਮਸਾ ਰੋ ਪਿੱਟ ਕੇ ਪਾਸੇ ਹੋਣ ਵਾਲੇ ਇੱਕ ਪਾਸੇ ਕੱਢ ਲੈ। ਤਿੰਨਾਂ ਨੂੰ ਉਹਨਾਂ ਦੇ ਲੈਵਲ ਦਾ ਇੱਕ ਐਗਜ਼ਾਮ ਤਿਆਰ ਕਰ ਲੈ। ਸੋਚੋ ਭਲਾ ਕਠਨ ਐਗਜ਼ਾਮ ਕਿਦੇ ਵਾਸਤੇ ਹੋਏਗਾ? ਮੈਰਿਟ ਵਾਲਿਆਂ ਵਾਸਤੇ। ਸੌਖਾ ਜਿਹਾ ਕਿਦੇ ਵਾਸਤੇ ਹੋਏਗਾ? ਜਿਹੜੇ ਰੋ ਪਿੱਟ ਕੇ ਪਾਸ ਹੁੰਦੇ ਨੇ। ਫਿਰ ਜਿਹੜਾ ਬਖਸ਼ਿਸ਼ ਦੇ ਮਾਰਗ ਤੇ ਸਫਲ ਹੋਣਾ ਚਾਹੁੰਦਾ ਹੈ ਉਹਦੇ ਲਈ ਇਗਜ਼ਾਮ ਵੀ ਕਠਿਨ ਹੋਣਗੇ ਦੇਖ ਇਸ ਚੀਜ਼ ਨੂੰ ਪਲ ਪਲ ਤੇ ਇਗਜ਼ਾਮ ਹੋਣਗੇ ਜਿੱਡੀ ਵੱਡੀ ਬਖਸ਼ਿਸ਼ ਉਹਨੇ ਦੇਣੀ ਹੈ ਉਹਦੇ ਵੱਡੇ ਇਗਜ਼ਾਮ ਵਿੱਚੋਂ ਦੀ ਨਿਕਲਣਾ ਪਵੇਗਾ ਤੇ ਜਿਨ੍ਹਾਂ ਨੇ ਬਖਸ਼ਿਸ਼ ਵੰਡਣੀ ਸੀ ਨਾ ਉਹਨਾਂ ਨੂੰ ਸਭ ਤੋਂ ਵੱਡੇ ਇਗਜ਼ਾਮ ਵਿੱਚੋਂ ਦੀ ਲੰਘਣਾ ਪਿਆ ਤਤੀ ਤਵੀ ਮਾਛੀਵਾੜੇ ਦਾ ਜੰਗਲ ਚਮਕੌਰ ਦੀ ਗੜੀ ਉਹਨਾਂ ਦਾ ਵੰਡਣਾ ਸੀ ਦੇਖ ਉਸ ਦਾਤੇ ਨੂੰ ਉਹਨੂੰ ਦੇਖ ਪਿਆਰ ਨਾਲ ਦੇਖ ਗਿਆਨ ਦਾ ਸਰਮਾ ਵਰਤ ਕੇ ਦੇਖ ਤੇਰੇ ਅੰਦਰਲੇ ਭੈ ਦੂਰ ਕਰ ਦੇਵੇਗਾ ਗਿਆਨ ਅੰਜਨ ਭੈ ਭੰਜਨ ਦੇਖ ਨਰੰਜਨ ਭਾਏ ਉਹ ਦਾਤੇ ਦੇ ਕੋਤਕਾ ਨੂੰ ਦੇਖ ਵਰਤਾਰਿਆਂ ਨੂੰ ਨਹੀਂ ਅਗਲੀ ਪੰਕਤੀ ਜੀ ਗੋਤ ਪਰਗਟ ਸਾਪ ਜਾਣੀ ਹੈ ਜੇ ਮਨ ਰੱਖੇ ਤਾਂ ਹਾਂਜੀ ਰੱਬ ਗਿਆਨ ਬਣ ਕੇ ਗੁਣ ਬਣ ਕੇ ਸ਼ਕਤੀਆਂ ਬਣ ਕੇ ਕਿਸੇ ਥਾਂ ਤੇ ਪ੍ਰਤੱਖ ਪਤਾ ਲੱਗ ਜਾਂਦਾ ਹੈ ਬਿਓ ਦੇ ਗਿਆਨ ਦਾ ਵਰਤਾਰਾ ਵਰਤ ਗਿਆ ਉਹਦੇ ਗੁਨਾ ਦਾ ਵਰਤਾਰਾ ਵਰਤ ਗਿਆ ਉਹਦੀ ਬਖਸ਼ਿਸ਼ ਦਾ ਵਰਤਾਰਾ ਵਰਤ ਗਿਆ ਕਿਸੇ ਥਾਂ ਤੇ ਦਿਸ ਜਾਂਦਾ ਕਿਸੇ ਥਾਂ ਤੇ ਨਹੀਂ ਦਿਸਦਾ ਗੋਪਤ ਪ੍ਰਗਟ ਸਮਝਾਣੀ ਹੈ ਜਿਸ ਮਨ ਨੂੰ ਉਹ ਵਰਤਾਰੇ ਜਿਹੜੇ ਆਮ ਲੋਕਾਂ ਦੀਆਂ ਅੱਖਾਂ ਨੂੰ ਦਿਸਦੇ ਨਹੀਂ ਆਮ ਲੋਕਾਂ ਨੂੰ ਸਮਝ ਆਉਂਦੇ ਨਹੀਂ ਰੱਬ ਦੇ ਪਿਆਰਿਆਂ ਨੂੰ ਫਿਰ ਉਹ ਬਰਤਾਰੇ ਵੀ ਸਮਝ ਆਉਂਦੇ ਨੇ ਨਹੀਂ ਇਸ ਵਿੱਚ ਬੁਰਾ ਨਹੀਂ ਭਲਾ ਹੈ ਇਹ ਉਹਦੀ ਖੇਲ ਹੈ ਪਰ ਜੇ ਜੇ ਮਨ ਰੱਖ ਹੈ ਠਾਏ ਜੇ ਮਨ ਜਿਹੜਾ ਨਾ ਇਹ ਅਡੋਲਤਾ ਤੇ ਸਹਜ ਦੇ ਟਿਕਾਣੇ ਵਿੱਚ ਟਿਕਣ ਲੱਗ ਜਾਵੇ ਮਨ ਹਾਲਾਤਾਂ ਅਨਸਾਰ ਅਗਰ ਡੋਲਦਾ ਹੈ ਬੇੜੀ ਕਦੀ ਹੋਈ ਜਿਹਨੂੰ ਲਹਿਰਾਂ ਨਾਲ ਮੁਕਾਬਲਾ ਨਾ ਕਰਨਾ ਆਇਆ ਬੇੜੀ ਦਾ ਮੁਕਾਬਲਾ ਲਹਿਰਾਂ ਨਾਲ ਤਾਂ ਹੋਏਗਾ ਤੇ ਲਹਿਰਾਂ ਕਾਦੀਆਂ ਹੋਈਆਂ ਜਿਹੜੀਆਂ ਬੇੜੀ ਨੂੰ ਨਾ ਡੁਲਾ ਦੇਣ ਤੇ ਜੇ ਬੇੜੀ ਨੂੰ ਡਲਾਉਣ ਵਾਲੀਆਂ ਲਹਿਰਾਂ ਨਹੀਂ ਹੈ ਉਹਨੂੰ ਸਮੁੰਦਰ ਕੌਣ ਕਹੇਗਾ ਇਹ ਤਾਂ ਰਹੇਗਾ ਤਿੰਨੋ ਚੀਜ਼ਾਂ ਰਹਿਣਗੀਆਂ ਬੇੜੀ ਲਹਿਰਾਂ ਵਿੱਚ ਦੀ ਚੱਲੇਗੀ ਲਹਿਰਾਂ ਡਾਮਾ ਡੋਲ ਕਰਨਗੀਆਂ ਪਰ ਉਹ ਡਾਮਾ ਡੋਲ ਤੋਂ ਬਚ ਕੇ ਜੇ ਮਨ ਫਿਰ ਸਹਜ ਵਿੱਚ ਆ ਜਾਵੇ ਇਹਦਾ ਅਸਲੀ ਟਿਕਾਣਾ ਸਹਜ ਇਹਨੂੰ ਹੋਰ ਤਰੀਕੇ ਨਾਲ ਸਮਝਿਓ ਅਸੀਂ ਕੰਮ ਕਰਨ ਜਾਂਦੇ ਆ ਠੀਕ ਹੈ ਕਿੰਨਾ ਚਿਰ 8 ਘੰਟੇ 5 ਘੰਟੇ 10 ਘੰਟੇ 12 ਘੰਟੇ ਅਖੀਰ ਕਿੱਥੇ ਆਉਨੇ ਆ ਘਰ ਵਿੱਚ ਕੀ ਕਿਹਾ ਜਾਂਦਾ ਵੀ ਰਹਿੰਦੇ ਕਿੱਥੇ ਆ ਘਰ ਵਿੱਚ ਇੱਕ ਟਰੱਕ ਵਾਲਾ ਟਰੱਕ ਚਲਾਉਣ ਜਾਂਦਾ ਹੈ। 5 ਦਿਨਾਂ ਬਾਅਦ ਵਾਪਸ ਆਉਂਦਾ ਹੈ। 2 ਦਿਨ ਘਰੇ ਰਹਿ ਕੇ ਜਾਂ 1 ਦਿਨ ਘਰ ਰਹਿ ਕੇ ਫਿਰ ਨਿਕਲ ਜਾਂਦਾ। ਫਿਰ 5-7 ਦਿਨਾਂ ਬਾਅਦ ਆਉਂਦਾ ਹੈ। ਫਿਰ 1-2 ਦਿਨ ਲੈ ਕੇ ਨਿਕਲ ਜਾਂਦਾ। ਪੁੱਛਿਆ ਜਾਂਦਾ ਕਿੱਥੇ ਰਹਿਣਾ ਹੈ? ਘਰ ਚ ਰਹਿਣਾ ਹੈ। ਇਹਦਾ ਮਤਲਬ ਜੇ ਉਹ ਟਰੱਕ ਚਲਾ ਰਿਹਾ 5 ਦਿਨ ਤੇ ਉਹਦਾ ਧਿਆਨ ਫਿਰ ਵੀ ਘਰ ਵੱਲ ਹੈ। ਉਹਦਾ ਫੋਕਸ ਫਿਰ ਵੀ ਘਰ ਵੱਲ ਹੈ। ਘਰ ਚ ਹੀ ਰਹਿ ਰਿਹਾ। ਇਸ ਲਈ ਇਹ ਮਨ ਡੋਲੇਗਾ ਉਲਝੇਗਾ ਉਲਝਿਆ ਉਹ ਨਹੀਂ ਹੁੰਦਾ ਜਿਹੜਾ ਉਲਝ ਕੇ ਸੁੱਲਝ ਜਾਵੇ ਉਲਝਿਆ ਉਹ ਹੁੰਦਾ ਜਿਹੜਾ ਸੁੱਲਝੇ ਹੀ ਨਾ ਇਸ ਲਈ ਇਹ ਮਨ ਨੂੰ ਜਦੋਂ ਅਸਲੀ ਟਿਕਾਣਾ ਮਿਲ ਗਿਆ ਨਾ ਅਸਲੀ ਟਿਕਾਣਾ ਮਿਲ ਗਿਆ ਤਾਂ ਫਿਰ ਰੱਬ ਦੇ ਬਹੁਤ ਸਾਰੇ ਵਰਤਾਰੇ ਗੁਪਤ ਵਰਤ ਦੇ ਨੇ ਗੁਪਤ ਤੋ ਪਾਪ ਜਿਹੜੇ ਦੁਨੀਆ ਦੀ ਸਮਝ ਵਿੱਚ ਨਹੀਂ ਆਉਂਦੇ ਦੁਨੀਆ ਕਹਿੰਦੀ ਹੈ ਦੁੱਖ ਆ ਗਿਆ ਪਿਆਰੇ ਕਹਿੰਦੇ ਨੇ ਨਹੀਂ ਪਰਖਿਆ ਆ ਗਈ ਹੈ ਦੁੱਖ ਨਹੀਂ ਹੈ ਪਰਖਿਆ ਹੈ ਦੁਨੀਆ ਕਹਿੰਦੀ ਹੈ ਤਰੱਕੀ ਹੋ ਗਈ ਹੈ ਵੀਰੋ ਕੇ ਪਿਆਰੇ ਕਹਿੰਦੇ ਨਹੀਂ ਇਹ ਸ਼ੁਕਰਾਨੇ ਦਾ ਇੱਕ ਖਜ਼ਾਨਾ ਮਿਲ ਗਿਆ ਇਸ ਲਈ ਉਸ ਗੁਪਤ ਤੇ ਪ੍ਰਗਟ ਉਹਦੇ ਵਰਤਾਰੇ ਪ੍ਰਤੀਤ ਹੁੰਦੇ ਨੇ ਜੇ ਮਨ ਨੂੰ ਅਸਲੀ ਟਿਕਾਣਾ ਮਿਲ ਜਾਵੇ ਉਹ ਅਸਲੀ ਟਿਕਾਣਾ ਮਿਲੇਗਾ ਕਿੱਥੋਂ ਤੇ ਉਹ ਅਸਲੀ ਟਿਕਾਣਾ ਦਾ ਮੁੱਢ ਕੀ ਹੈ ਅਗਲੀ ਪੰਕਤੀ ਦੀ ਸਤ ਸਤ ਗੁਰ ਜੇ ਮਿਲ ਤਾ ਸਹਜੇ ਲਏ ਨਿਮੰਨਾਈ ਹਾਂਜੀ ਸਤ ਗੁਰ ਕਿਸੇ ਵੀ ਸ਼ਬਦ ਨੂੰ ਸਮਝਣਾ ਹੈ ਨਾ ਵਿਦਵਾਨ ਕਹਿੰਦੇ ਨੇ ਉਹਨੂੰ ਸੰਧੀ ਛੇਦ ਕਰ ਲੋ ਉਦੇ ਹਿੱਸੇ ਬਣਾ ਲਓ ਫਿਰ ਤੁਹਾਨੂੰ ਸਮਝ ਆ ਜਾਊ ਸਤ ਗੁਰ ਦੋ ਸ਼ਬਦ ਨੇ ਸਤ ਗੁਰ ਗੁਰ ਹੈ ਜ਼ਿੰਦਗੀ ਜਿਉਣ ਦਾ ਦਿੱਤਾ ਹੋਇਆ ਗੁਰ ਉਪਦੇਸ਼ ਤੇ ਸਤ ਹੈ ਸਦੀਵੀ ਜੋ ਸੱਚਾ ਗਿਆਨ ਹੈ ਉਸ ਦੀਵੀ ਗੁਰ ਹੈ ਭਗਤਾਂ ਨੇ ਇਸ ਨੂੰ ਆਪਣਾ ਗੁਰੂ ਕਿਹਾ ਸਤ ਗੁਰ ਸਤ ਗੁਰ ਸ਼ਬਦ ਭਗਤਾਂ ਨੇ ਵੀ ਵਰਤੇ ਸਾਨੂੰ ਇਦਾਂ ਲੱਗਦਾ ਹੈ ਕਿ ਜੇ ਅਸੀਂ ਸਤ ਗੁਰ ਕੀ ਦਾ ਗੁਰੂ ਸੀ ਤੇ ਸਾਨੂੰ ਲੱਗਦਾ ਗੁਰੂ ਨਾਨਕ ਪਾਤਸ਼ਾਹ ਜੀ ਸਤਗੁਰ ਸਨ ਤੇ ਗੁਰੰਘਾ ਦੇਵ ਸਾਹਿਬ ਜੀ ਤੇ ਸਾਡੇ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਨੂੰ ਇਦਾਂ ਲੱਗਦਾ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੇਰਾ ਗੁਰੂ ਸਤਗੁਰ ਹੈ ਉਹ ਕਿਹਨੂੰ ਕਹਿੰਦੇ ਨੇ ਭਗਤ ਕਹਿੰਦੇ ਨੇ ਜੋ ਸਦੀਵੀ ਗਿਆਨ ਹੈ ਰੱਬ ਜਿੱਥੇ ਵੀ ਪ੍ਰਗਟ ਹੁੰਦਾ ਹੈ ਉਹ ਸੱਚਾ ਗਿਆਨ ਬਣ ਕੇ ਹੀ ਪ੍ਰਗਟ ਹੁੰਦਾ ਹੈ ਤੇ ਜੇ ਉਹ ਮਿਲ ਜਾਵੇ ਉਹ ਤਾਂ ਸਾਰਿਆਂ ਦੇ ਸਾਹਮਣੇ ਪ੍ਰਗਟ ਹੁੰਦਾ ਹੈ ਅਸੀਂ ਕਹਿੰਦੇ ਨਾ ਸਾਰਿਆਂ ਲਈ ਇੱਕੋ ਜਿਹਾ ਕਰਦਾ ਹੈਗਾ ਸਭ ਲਈ ਕੋਈ ਜਾਂ ਕਰਦਾ ਮਾਪੇ ਤਾਂ ਅਸੀਸਾਂ ਸਾਰਿਆਂ ਲਈ ਕੋਈ ਨਹੀਂ ਕੋਈ ਦਿੰਦੇ ਨਹੀਂ ਡਿਸੋਬੀਡੀਅੰਟ ਬੱਚਾ ਅਸੀਸ ਲੈ ਲੈਗਾ ਨਹੀਂ ਮਿਲੇਗੀ ਇਸ ਲਈ ਜਿਸ ਨੂੰ ਉਹ ਮਿਲ ਗਿਆ ਸਦੀਵੀ ਗਿਆਨ ਸੋਝੀ ਅੰਦਰਲੀ ਸੋਝੀ ਮਿਲ ਗਈ ਜਿਸ ਨੂੰ ਤਾਂ ਉਹਦੀ ਨਿਸ਼ਾਨੀ ਕੀ ਹੈ ਸਹਜੇ ਲੈ ਪਹਿਲਾਂ ਸਹਜ ਵਿੱਚ ਆਵੇਗਾ ਤੇ ਫਿਰ ਹਰ ਥਾਂ ਤੇ ਉਹ ਵਰਤਾਰਿਆਂ ਵਿੱਚੋਂ ਕਰਤਾ ਚੋਜੀ ਪ੍ਰੀਤਮ ਦਰਵੇਸ਼ੀ ਦੁਨੀਆ ਦੇ ਰਾਕੇ ਸ਼ਹਿਨशाह ਦੇ ਸ਼ਹਿਨशाह ਪਾਦਸ਼ਾਹ ਮਹਿਸੂਸ ਹੋਣਗੇ ਪ੍ਰਤੱਖ ਅਹਿਸਾਸ ਹੋਏਗਾ ਰਿਲਾਈਜ਼ ਹੋਣਗੇ ਉਹ ਸਹਿਜ ਨਹੀਂ ਫਿਰ ਮਲਾ ਲੈਂਦਾ ਹੈ ਕੌਣ ਸਤਗੁਰ ਸਰੂਪ ਇਸ ਦੀ ਵੀ ਗਿਆਨ ਅਸੀਂ ਕਿਸ ਲਈ ਸੰਥਿਆ ਲੈ ਰਹੇ ਹਾਂ ਕਿਸ ਲਈ ਅਸੀਂ ਅਰਥ ਸਿੱਖ ਰਹੇ ਹਾਂ ਮਨ ਸਮਝਾਵਨ ਕਾਰਨੇ ਕਛੂਕ ਪੜਿਆ ਗਿਆ ਇਸ ਮਨ ਨੂੰ ਸਮਝਾਉਣ ਵਾਸਤੇ ਇਸ ਮਨ ਨੂੰ ਮੈਨੇਜ ਕਰਨ ਵਾਸਤੇ ਇਹ ਗਿਆਨ ਪ੍ਰਾਪਤ ਕਰਦੇ ਹਾਂ ਤੇ ਮਨ ਨੂੰ ਮੈਨੇਜ ਕਿਸ ਲਈ ਕਰਨਾ ਹੈ ਵੀ ਚੱਲਣ ਦੇ ਉਹਨੂੰ ਜਿੱਧਰ ਚੱਲਦਾ ਦੁਨੀਆ ਤਾਂ ਕਹਿੰਦੀ ਜੀ ਮਨ ਜੋ ਮੰਗਦਾ ਦੇਈ ਚੱਲੋ ਕਦੀ ਕਦੀ ਉੱਚ ਚੋਟੀ ਦੇ ਬੁਲਾਰਿਆਂ ਨੇ ਵੀ ਇਹ ਗੱਲ ਕਹਿ ਦਿੱਤੀ ਓਸ਼ੋ ਸੰਸਥਾ ਦਾ ਮੁਖੀ ਰਜਨੀਸ਼ ਰਜਨੀਸ਼ ਜੀ ਲਿਖਦੇ ਨੇ ਉਹ ਕਹਿੰਦੇ ਮਨ ਜੋ ਮੰਗਦਾ ਦੇਈ ਚੱਲੋ ਦੇਈ ਚੱਲੋ ਇੱਕ ਦਿਨ ਰੱਜ ਜਾਏਗਾ। ਉਹਨਾਂ ਜਪਜੀ ਸਾਹਿਬ ਦੀ ਵੀ ਆਖਿਆ ਕੀਤੀ ਬੜੀ ਕਮਾਲ ਦੀ ਪਰ ਇੱਥੇ ਆ ਕੇ ਗੁਰਮਤ ਤੋਂ ਉਲਟ ਜਾ ਰਹੇ ਨੇ। ਗੁਰਮਤ ਕੀ ਕਹਿ ਰਹੀ ਹੈ? ਗੁਰਬਾਣੀ ਕੀ ਕਹਿ ਰਹੀ ਹੈ? ਜਿਉਂ ਪਾਵਕ ਇੰਦਨ ਨਹੀਂ ਧਰਾਪਾ। ਪਾਵਕ ਹੁੰਦਾ ਅੱਗ, ਇੰਦਨ ਹੁੰਦਾ ਫਿਊਲ। ਕੋਈ ਕਹੇ ਕਿ ਅੱਗ ਨੂੰ ਪੈਟਰੋਲ ਦੇਈ ਚੱਲੋ ਦੇਈ ਚੱਲੋ ਇੱਕ ਦਿਨ ਰੱਜ ਜਾਏਗੀ ਭਲੇਖਾ। ਉਹ ਫਿਊਲ ਦੇਣਾ ਬੰਦ ਕਰਨਾ ਪਵੇਗਾ। ਇਸ ਲਈ ਮਨ ਨੂੰ ਸਹਜ ਤੋਂ ਬਿਨਾ ਸੰਤੁਸ਼ਟੀ ਨਹੀਂ ਆ ਸਕੇਗੀ ਸਹਜ ਤੋਂ ਬਿਨਾ ਸ਼ਾਂਤੀ ਨਹੀਂ ਆ ਸਕੇਗੀ ਇਸ ਲਈ ਸਤਗੁਰ ਸਰੂਪ ਨੇ ਸੱਚੇ ਗਿਆਨ ਨੇ ਰੱਬ ਜਦੋਂ ਸੱਚਾ ਗਿਆਨ ਬਣ ਕੇ ਅੰਦਰ ਸੋਜੀ ਦਿੰਦਾ ਏ ਤਾਂ ਫਿਰ ਇਹਨੂੰ ਸਹਜ ਦਾ ਘਰ ਮਿਲਦਾ ਏ ਤੇ ਸਹਜ ਰਾਹੀ ਫਿਰ ਉਹ ਜਦੋਂ ਸਹਜ ਦਾ ਘਰ ਮਿਲ ਗਿਆ ਨਾ ਉਹਦੇ ਚ ਸ਼ੁਕਰਾਨੇ ਦੇ ਵਿੱਚੋਂ ਤੇਰੇ ਪਿਆਰੇ ਪ੍ਰੀਤਮ ਦੀ ਯਾਦ ਹਰ ਵੇਲੇ ਅੰਦਰ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਇਸ ਨੂੰ ਮਿਲਦਾ ਹੈ ਅਗਲੀ ਪੰਕਤੀ ਵਿੱਚ ਹੋਰ ਵੀ ਸਤਿਗੁਰੂ ਜੀ ਭੇਦ ਖੋਲ ਰਹੇ ਨੇ ਕਸ ਕਸ ਵੱਟੀ ਲਾਈਏ ਪਰਖੇ ਤੇ ਚਿਤ ਲਾਈ ਜਿਵੇਂ ਸੋਨੇ ਨੂੰ ਕਸਵੱਟੀ ਤੇ ਲਾ ਕੇ ਪਰਖਿਆ ਜਾਂਦਾ ਕਸਵੱਟੀ ਕੀ ਹੈ ਇੱਕ ਪੱਥਰ ਦੀ ਬੱਟੀ ਹੈ ਸੋਨਾ 24 ਕੈਰਟ ਦਾ ਹੈ 22 ਕੈਰਟ ਦਾ ਹੈ 20 ਕੈਰਟ ਦਾ ਉਹ ਘਸਾਉਂਦੇ ਨੇ ਜਦੋਂ ਬੱਟੀ ਨੂੰ ਘਸਾਉਂਦੇ ਨੇ ਉਹ ਬੱਟੀ ਦੇ ਉੱਪਰ ਕਿੰਨਾ ਲੱਗ ਗਿਆ ਉਹਦੇ ਤੋਂ ਪਤਾ ਲੱਗਦਾ ਕਿੰਨੇ ਕੈਰਟ ਦਾ ਹੈ ਬੱਟੀ ਤੋਂ ਭਮਕ ਦੇਖਦੇ ਉਹਦੀ ਇਹ ਹੁਣ ਮੈਨੂੰ ਨਹੀਂ ਇੰਨੀ ਸੋਜੀ ਵੀ ਜਿਹੜਾ 24 ਕੈਰਟ ਦਾ ਉਹਦੀ ਜ਼ਿਆਦਾ ਭਮਕ ਚੜ ਜਾਂਦੀ ਹੈ ਜਾਂ ਜਿਹੜਾ ਕੱਚਾ ਉਹਦੀ ਚੜ ਜਾਂਦੀ ਹੈ ਪਰ ਉਹ ਇਸ ਤੋਂ ਦੇਖਦੇ ਨੇ ਵੀ ਭਮਕ ਕਿੰਨੀ ਚੜਦੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਰੱਬ ਵੀ ਆਪਣੇ ਪਿਆਰਿਆਂ ਨੂੰ ਕਸਬੱਟੀ ਤੇ ਲਾ ਕੇ ਪਰਖਦਾ ਹੈ ਕੀ ਪਰਖਦਾ ਹੈ ਦੋ ਚੀਜ਼ਾਂ ਪਰਖਦਾ ਹੈ ਇੱਕ ਹਿੱਤ ਰੱਬ ਦੇਖਦਾ ਹੈ ਮੇਰੇ ਪਿਆਰਿਆਂ ਦਾ ਮੇਰੇ ਨਾਲ ਪਿਆਰ ਕਿੰਨਾ ਹੈ ਕਸਬੱਟੀ ਕੀ ਹੈ ਕੁਝ ਹਾਲਾਤ ਐਸੇ ਜ਼ਿੰਦਗੀ ਚ ਆਉਣਗੇ ਜਿਹੜੇ ਹਾਲਾਤਾਂ ਵਿੱਚ ਮਨ ਡੋਲ ਕੇ ਰੱਬ ਦਾ ਮਾਰਗ ਛੱਡਣ ਨੂੰ ਤਿਆਰ ਹੋ ਜਾਂਦਾ ਹੈ ਮੈਂ ਛੱਡ ਦਿਆਂੇ ਪਾਸਾ ਦੂਜੇ ਪਾਸੇ ਚੱਲ ਪਈ ਹੈ ਕੁਝ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਮੁਸ਼ਕਲਾਂ ਵਿੱਚ ਮਨ ਕਹਿੰਦਾ ਮੈਂ ਪਰਉਪਕਾਰ ਛੱਡ ਦਿਆਂ ਬਿਲਕੁਲ ਢੇਰੀਆਂ ਟਾ ਜਾਂਦਾ ਹੈ ਗਿਵ ਅਪ ਕਰ ਜਾਂਦਾ ਹੈ ਪਰ ਹਿੱਤ ਦੇ ਨਾਲ ਚਿੱਤ ਵੀ ਆਖੋ ਆਇਆ ਚਿੱਤ ਵੀ ਆਇਆ ਫਿਰ ਚੇਤਾ ਸ਼ਕਤੀ ਵਿੱਚ ਫਿਰ ਕੋਈ ਨਾ ਕੋਈ ਯਾਦ ਚਲਦੀ ਹੈ ਨਹੀਂ ਨਹੀਂ ਇਹ ਨਹੀਂ ਚੱਲਣਾ ਚਾਹੀਦਾ ਹਿੱਤ ਤੇ ਚਿੱਤ ਦੇ ਵਿੱਚ ਉਹਦੀਆਂ ਕਸਵਟੀਆਂ ਚਲਦੀਆਂ ਨੇ ਪਰਖਦਾ ਪਰਖ ਕੇ ਫਿਰ ਪਤਾ ਲੱਗ ਜਾਂਦਾ ਹੈ ਕੇ ਰੱਬ ਦੇ ਮਾਰਗ ਤੇ ਤੁਰਨ ਵਾਲੇ ਦੇ ਅੰਦਰ ਰੱਬ ਦੇ ਪਿਆਰ ਵਿੱਚ ਆਪਾ ਵਾਰਨ ਦੀ ਭਾਵਨਾ ਕਿੰਨੀ ਕਹ ਤੇ ਡੋਲਣ ਦਾ ਕੱਚਾਪਨ ਕਿੰਨਾ ਕਹ ਅੱਗੇ ਵਧਣ ਦਾ ਸਿੱਦਕ ਕਿੰਨਾ ਕਹ ਤੇ ਮਾਰਗ ਛੱਡ ਕੇ ਪਿੱਛੇ ਚਲੇ ਜਾਣ ਦਾ ਕੱਚਾਪਨ ਕਿੰਨਾ ਕਹ ਫਿਰ ਪਰਖ ਕੇ ਸਭ ਕੁਝ ਦੇਖ ਕੇ ਨਾ ਅਗਲੀ ਪੰਕਤੀ ਦੇਖਿਓ ਹੋਏ ਧਾਰਨਾ ਪਾਈ ਖਰੇ ਕਜਾਨਾ ਪਾਈ ਅੰਦਰ ਕੱਚਾਪਣ ਬਖਸ਼ਿਸ਼ ਦੇ ਮਾਰਗ ਤੇ ਤੁਰ ਕੇ ਵੀ ਥਾਂ ਨਹੀਂ ਮਿਲੇਗੀ ਉਥੇ ਉਸ ਖਜ਼ਾਨੇ ਵਿੱਚ ਥਾਂ ਨਹੀਂ ਮਿਲੇਗੀ ਕਿਉਂਕਿ ਫੇਕ ਕਰੰਸੀ ਕਦੀ ਲੋਕਰ ਵਿੱਚ ਨਹੀਂ ਹੋ ਸਕਦੀ ਫੇਕ ਫੇਕ ਕਰੰਸੀ ਫੇਕ ਕਰੰਸੀ ਨੂੰ ਬੈਂਕ ਦਾ ਜਿਹੜਾ ਮੇਨ ਟ੍ਰੈਜ਼ਰ ਹੈ ਜਿੱਥੇ ਰੱਖਿਆ ਗਿਆ ਕੈਸ਼ ਉਥੇ ਫੇਕ ਕਰੰਸੀ ਨਹੀਂ ਟਿਕ ਸਕਦੀ ਉਥੇ ਤਾਂ ਰੀਅਲ ਕਰੰਸੀ ਬਣੇਗੀ ਖਰਾ ਖਰਾ ਹੁੰਦਾ ਰੀਅਲ ਉਹ ਤਾਂ ਖਜ਼ਾਨੇ 'ਚ ਰੱਖਿਆ ਜਾਏਗਾ ਤੇ ਜਿਹੜੀ ખોટી ਸੋਚ ਹੈ ਹੁਣ ਇਹਨੂੰ ਪਿੱਛੇ ਜੋੜਿਓ ਪਿੱਛੇ ਕੀ ਸੀਗਾ ਪਿੱਛੇ ਸੀ ਗਿਆਨ ਦਾ ਅੰਜਨ ਗਿਆਨ ਦਾ ਸੁਰਮਾ ਤੇ ਰੱਬੀ ਵਰਤਾਰਿਆਂ ਨੂੰ ਦੇਖਣ ਦੀ ਦ੍ਰਿਸ਼ਟੀ ਏ ਮਨ ਪਿੱਛੇ ਮੁੜੇ ਗਈ ਤਦ ਜਦ ਇਸ ਨੂੰ ਦਿਸੇਗਾ ਨਹੀਂ ਦਿਸੇਗਾ ਨਹੀਂ ਇਸ ਨੂੰ ਕਿਉਂ ਕਿਧਰੇ ਨਾ ਕਿਧਰੇ ਅੰਦਰ ਜਿਹੜਾ ਸੀ ਉਹ ਖਰਾਪਣ ਨਹੀਂ ਆ ਸਕਿਆ ਅਸੀਂ ਸ਼ਬਦ ਵਰਤਦੇ ਹਾਂ ਜੀ ਪਹਿਲਾਂ ਗੁਰਦੁਆਰੇ ਜਾਂਦਾ ਸੀ ਜੀ ਬਾਣੀ ਪੜਦਾ ਸੀ ਜੀ ਬਾਣੀ ਪੜਨੀ ਛੱਡ ਗਿਆ ਨਹੀਂ ਕੱਚਾ ਸੀ ਖਰਾ ਨਹੀਂ ਛੱਡ ਸਕਦਾ ਖਰਾ ਮਾਰਗ ਤੇ ਤੁਰੇਗਾ ਮਾਰਗ ਨਹੀਂ ਛੱਡ ਸਕੇਗਾ ਹਨੇਰੀਆਂ ਆ ਜਾਣੀਆਂ ਹਨੇਰੀਆਂ ਥੱਕੇ ਮਾਰਦੀਆਂ ਨੇ ਮਾਰਗ ਤੋਂ ਡਾਮਾਂ ਡੋਲ ਕਰਦੀਆਂ ਨੇ ਹਨੇਰੀਆਂ ਤੋਂ ਕਰਕੇ ਰੁੱਕ ਜਾਂਦਾ ਉਹ ਵੀ ਹਨੇਰੀ ਲੰਘ ਜਾਂਦੇ ਚੱਖੜ ਲੰਘ ਜਾਂਦਾ ਰੁੱਕ ਜਾਂਦਾ ਪਰ ਉਹ ਅੱਗੇ ਵਧਣਾ ਨਹੀਂ ਛੱਡੇਗਾ ਇਸ ਲਈ ਰੱਬ ਦੇ ਗੁਣ ਖਜ਼ਾਨਾ ਹੈ ਮਨ ਉਸ ਖਜ਼ਾਨੇ ਵਿੱਚ ਪਵੇ ਖਰਾ ਹੀ ਪਵੇਗਾ ਹੰਕਾਰੀ ਮਨ ਨਿਮਰਤਾ ਦੇ ਖਜ਼ਾਨੇ ਵਿੱਚ ਨਹੀਂ ਟਿਕ ਸਕਦਾ ਲੋਭੀ ਮਨ ਸਬਰ ਸੰਤੋਖ ਦੇ ਖਜ਼ਾਨੇ ਵਿੱਚ ਨਹੀਂ ਟਿਕ ਸਕਦਾ ਕਰੋਧੀ ਮਨ ਸਹਿਜ ਦੇ ਖਜ਼ਾਨੇ ਵਿੱਚ ਨਹੀਂ ਟਿਕ ਸਕਦਾ ਫਿਰ ਉਹਦਾ ਸੱਚਾ ਗਿਆਨ ਖਜ਼ਾਨਾ ਹੈ ਕੱਚੀ ਮਤ ਉਸ ਖਜ਼ਾਨੇ ਵਿੱਚ ਨਹੀਂ ਪੈ ਸਕਦੀ ਕਿਉਂਕਿ ਉਸ ਨੂੰ ਦਿਸਦਾ ਨਹੀਂ ਉਹਨੂੰ ਗਿਆਨ ਦੇ ਅੰਜਨ ਦੀ ਲੋੜ ਹੈ ਤੇ ਜਿਹੜੇ ਖੋਟੇ ਨੇ ਫਿਰ ਖੋਟੇ ਬਾਹਰ ਕੱਢ ਦਿੱਤੇ ਜਾਂਦੇ ਨੇ ਸਾਨੂੰ ਲੱਗਦਾ ਹੈ ਕਿ ਅਸੀਂ ਬਾਣੀ ਪੜਦੇ ਹਾਂ ਜੀ ਮਨ ਨਹੀਂ ਲੱਗ ਰਿਹਾ ਜੀ ਐਕਚੁਅਲੀ ਮਨ ਨੂੰ ਬਾਹਰ ਧੱਕੇ ਮਾਰ ਦਿੱਤੇ ਹਲੇ ਕੱਚਾ ਹੈਗਾ ਅੰਦਰੋਂ ਹੀ ਧੱਕੇ ਪਏ ਨੇ ਨਹੀਂ ਗੱਲ ਬਣ ਪਾ ਰਹੀ ਜਦੋਂ ਅਸੀਂ ਕਹਿੰਦੇ ਹਾਂ ਵੀ ਇੰਨਾ ਰਸ ਬਣ ਜਾਂਦਾ ਪਤਾ ਹੀ ਨਹੀਂ ਲੱਗਦਾ ਘੰਟਾ ਕਦੋਂ ਨਿਕਲਦਾ ਹੈ ਤੇ ਸਮਝ ਲੈ ਮਨ ਖਰਾ ਹੁੰਦਾ ਜਾ ਰਿਹਾ ਹੈ ਤੇ ਇਸ ਮਨ ਨੂੰ ਉਸ ਖਜ਼ਾਨੇ ਵਿੱਚ ਥਾਂ ਮਿਲ ਗਈ ਹੈ ਤੇ ਜਦੋਂ ਉਸ ਦਾਤੇ ਨੇ ਕਸਵੱਟੀ ਦੇ ਲਾ ਲਾ ਕੇ ਪਰਖ ਲਿਆ ਪਰਖ ਕੇ ਉਸ ਨੇ ਖਜ਼ਾਨੇ ਵਿੱਚ ਪਾਉਣਾ ਤਾਂ ਅੰਦਰ ਕੋਈ ਚੀਜ਼ ਹੈ ਜਿਹੜੀ ਸਾਨੂੰ ਡਿਕਾ ਲਾ ਰਹੀ ਸੀ ਉਹ ਦੂਰ ਨਿਕਲ ਜਾਏਗੀ ਉਹ ਹੈ ਅਗਲੀ ਪੰਕਤੀ ਜੀ ਆਸ ਜਾਏ ਸਮਾਈ ਆਸ ਹੁੰਦੀ ਹੈ ਉਮੀਦ ਹੋਪ ਕੋਈ ਵੀ ਕੰਮ ਕਰੀਏ ਨਾ ਤੇ ਕੋਈ ਨਾ ਕੋਈ ਉਮੀਦ ਹੁੰਦੀ ਹੈ ਚਾਹੇ ਉਹ ਦੁਨਿਆਵੀ ਕੰਮ ਨੇ ਚਾਹੇ ਉਹ ਧਾਰਮਿਕ ਮਾਰਗ ਨੇ ਚਾਹੇ ਰੱਬ ਦੇ ਮਾਰਗ ਤੇ ਨੇ ਉਮੀਦਾਂ ਨੇ ਜ਼ਿੰਦਗੀ ਵਿੱਚ ਕਦੀ ਵੀ ਹਰ ਉਮੀਦ ਪੂਰੀ ਨਹੀਂ ਹੁੰਦੀ ਇਥੇ ਇਹ ਵੀ ਗੱਲ ਯਾਦ ਰੱਖਿਓ ਜਿਹੜਾ ਪਿੱਛੇ ਕਿਹਾ ਨਾ ਕਸ-ਕਸ ਵੱਟੀ ਲਈ ਹੈ ਤੇ ਉਸ ਵੱਟੀ ਤੇ ਪਰਖਣ ਲੱਗਿਆ ਕਈ ਵਾਰੀ ਇਹ ਹੁੰਦਾ ਕਿ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਇਹਦਾ ਮਤਲਬ ਹੁਣ ਪ੍ਰੀਖਿਆ ਵੀ ਆ ਗਈ ਹੈ ਵੱਡੀ ਤੇ ਮੈਰਿਟ ਲਿਸਟ ਵਾਲਾ ਕਦੀ ਨਹੀਂ ਡਰਦਾ ਕਦੀ ਤੁਹਾਨੂੰ ਮੈਰਿਟ ਲਿਸਟ 'ਚ ਆਉਣ ਵਾਲਾ ਇਹ ਨਹੀਂ ਕਹਿੰਦਾ ਸੁਣਿਆ ਹੋਵੇਗਾ ਜੀ ਬਹੁਤ ਹੀ ਟਾਫ ਕੁਐਸਚਨ ਪਾਉਂਦੇ ਜੀ ਕਦੀ ਨਹੀਂ ਕਹੇਗਾ ਟਾਫ ਪਾਉਂਦੇ ਇਹ ਕੌਣ ਕਹੇਗਾ ਰੋ ਪਿੱਟ ਕੇ ਪਾਸ ਹੋਣ ਵਾਲਾ ਔਖੇ ਸੀ ਜੀ ਤਾਂ ਨਹੀਂ ਮੈਂ ਪਾਸ ਹੋਇਆ ਇਸ ਲਈ ਉਮੀਦਾਂ ਤੇ ਉਹਦੇ ਨਾਲ ਅੰਦੇਸਾ ਤੋਖਲਾ ਕੱਲ ਤੁਹਾਡਾ ਸਵਾਲ ਸੀਗਾ ਕਿ ਜੋ ਚੱਲੀ ਜਾ ਰਿਹਾ ਹੈ ਕੀ ਫਿਊਚਰ ਵਿੱਚ ਵੀ ਚੱਲਦਾ ਰਹੇਗਾ ਇਹਹੀ ਸਵਾਲ ਸੀ ਨਾ ਕੀ ਫਿਊਚਰ ਵਿੱਚ ਵੀ ਚੱਲਦਾ ਰਹੇਗਾ ਫਿਊਚਰ ਜਿਹੜਾ ਹੈ ਨਾ ਭਵਿੱਖ ਸਾਡੇ ਹੱਥ ਵਿੱਚ ਨਹੀਂ ਹੈ ਜਪਜੀ ਸਾਹਿਬ ਦੀ ਇੱਕ ਪੰਕਤੀ ਹੈ ਤੁਸੀਂ ਬਹੁਤ ਵਾਰੀ ਪੜ੍ਹੀ ਅੰਤਨਾਂ ਜੱਪੈ ਕਿਆ ਮਨ ਮੰਤ ਰੱਬ ਆਪਣੇ ਮਨ ਵਿੱਚ ਕੀ ਮਤਾ ਪਕਾਈ ਬੈਠਾ ਉਹਦਾ ਭੇਦ ਹੀ ਨਹੀਂ ਕੋਈ ਜਾਣ ਸਕਦਾ ਕਦੋਂ ਪੁਚਾਲ ਆ ਜਾਵੇ ਇੱਕ ਪਲ ਦਾ ਪਤਾ ਨਹੀਂ ਹੈ ਇੰਡੋਨੇਸ਼ੀਆ ਚ ਜਵਾਲਾਮੁਖੀ ਫਟਦੇ ਨੇ ਕਦੋਂ ਜਵਾਲਾਮੁਖੀ ਫਟ ਜਾਵੇ ਕੁਛ ਨਹੀਂ ਪਤਾ ਕਦੋਂ ਸਮੁੰਦਰੀ ਤੂਫਾਨ ਆ ਜਾਵੇ ਕੁਛ ਨਹੀਂ ਪਤਾ ਆ ਹੁਣ ਪਿੱਛੇ ਜਿਹੜਾ ਇਹਨਾਂ ਨੇ ਟੈਸਟ ਕੀਤਾ ਰਵਲਟਾ ਵਾਲਿਆਂ ਨੇ ਸਾਰਿਆਂ ਦੇ ਫੋਨ ਤੇ ਆਇਆ ਵੀ ਇਹ ਰੁੱਤ ਸ਼ੁਰੂ ਹੋ ਗਈ ਹੈ ਜੰਗਲ 'ਚ ਅੱਗ ਲੱਗ ਸਕਦੀ ਹੈ ਤੇ ਉਹ ਤੂਏ ਕਾਰਨ ਹੁੰਦੀ ਹੈ ਤੇ ਸਾਨੂੰ ਅਲਰਟ ਜਾਰੀ ਕਰਨਾ ਪੈ ਸਕਦਾ ਹੈ ਤਿੰਨ ਚਾਰ ਵਾਰ ਹੀ ਆਇਆ ਨਾ ਉਹ ਸਾਰਿਆਂ ਨੂੰ ਹੈਨਾ ਇਹਦਾ ਮਤਲਬ ਅਲਰਟ ਕਰ ਸਕਦੇ ਨੇ ਉਹ ਪਰ ਕਦੋਂ ਲੱਗੇਗੀ ਇਹ ਨਹੀਂ ਪੇਦਾਉਂਦਾ ਐਡਾ ਵੱਡਾ ਸਿਸਟਮ ਹੈ ਜੀ ਇਹਨਾਂ ਕੋਲ ਇਥੋਨੀਆ ਸਰਕਾਰਾਂ ਕੋਲ ਐਡਾ ਵੱਡਾ ਸਿਸਟਮ ਹੈ ਜੇ ਐਡੇ ਵੱਡੇ ਸਿਸਟਮ ਵਿੱਚ ਕਦੋਂ ਅੱਗ ਲੱਗ ਸਕਦੀ ਉਹ ਵੀ ਜੰਗਲ ਨੂੰ ਤੇ ਫਿਰ ਸਾਡੇ ਅੰਦਰ ਤੱਕ ਪਲ-ਪਲ ਦਾ ਪਤਾ ਨਹੀਂ ਇਸ ਲਈ ਫਿਊਚਰ ਸਾਡੇ ਬਸ ਵਿੱਚ ਨਹੀਂ ਹੈ ਉਹਦਾ ਇੱਕ ਜਵਾਬ ਹੀ ਹੈਗਾ ਕਿ ਤੁਹਾਡੇ ਦੇਖਣ ਦੇ ਨਜ਼ਰੀਏ ਤੇ ਨਿਰਪਰ ਕਰੇਗਾ ਦੋ ਝਰੋਖੇ ਨੇ ਜੀ ਝਰੋਖਾ ਤਾਂ ਸਮਝਦੇ ਨਾ ਮੋਰੀ ਕਿਸ ਝਰੋਖੇ ਵਿੱਚੋਂ ਨਹੀਂ ਤੁਸੀਂ ਦੇਖ ਰਹੇ ਹੋ ਫਿਊਚਰ ਨੂੰ ਜੇ ਤਾਂ ਤੁਸੀਂ ਦੇਖ ਰਹੇ ਹੋ ਵਿਸ਼ਵਾਸ ਵਿੱਚੋਂ ਦੀ ਤਾਂ ਫਿਊਚਰ ਦੇ ਸੇਗਾ ਹੋਰ ਜੇ ਤੁਸੀਂ ਦੇਖ ਰਹੇ ਹੋ ਭੈ ਵਿੱਚੋਂ ਦੀ ਫਿਰ ਦੇ ਦਿਸੇਗਾ ਹੋਰ ਇਹ ਦੋ ਅਲੱਗ ਅਲੱਗ ਤਸਵੀਰਾਂ ਨੇ ਫਿਊਚਰ ਕੋਈ ਨਹੀਂ ਦੇਖ ਸਕਦਾ ਅਗਰ ਕੋਈ ਫਿਊਚਰ ਦਿਖਾਉਂਦਾ ਏ ਤਾਂ ਉਹ ਭਲੇਖੇ ਵਿੱਚ ਹੈ ਅਬਜ਼ਰਵੇਸ਼ਨ ਹੋ ਸਕਦੀ ਹੈ ਅਬਜ਼ਰਵੇਸ਼ਨ ਕਿ ਇਸ ਬੱਚੇ ਤੇ ਬੜੀ ਕਿਰਪਾ ਹੋ ਰਹੀ ਹੈ ਇਹ ਚੜ੍ਹਦੀ ਕਲਾ ਵਿੱਚ ਹੋਏਗਾ ਹੁਣ ਉਸ ਅਬਜ਼ਰਵੇਸ਼ਨ ਨੂੰ ਵਿਸ਼ਵਾਸ ਵਿੱਚੋਂ ਦੇਖੋਗੇ ਤੁਹਾਨੂੰ ਲੱਗੇਗਾ ਹੋ ਗਿਆ ਪੈ ਵਿੱਚੋਂ ਦੀ ਦੇਖੋਗੇ ਤੇ ਫਿਰ ਇਹ ਮਨ ਨੇ ਬੜੀਆਂ ਘਾਟਾਂ ਕਰ ਲੈਣੀਆਂ ਗੁਰੂ ਪਾਤਸ਼ਾਹ ਕਹਿੰਦੇ ਇਹ ਆਸ ਅੰਦੇਸ਼ਾ ਦੂਰ ਕਰ ਦੂਰ ਕਰ ਦੇ ਉਮੀਦਾਂ ਹੀ ਚੱਕ ਦੇ ਕੀ ਬਾਤ ਹੈ ਸੱਚੇ ਹੈ ਜੀ ਮਨ ਦੁਖੀ ਹੁੰਦਾ ਜਦੋਂ ਐਕਸਪੈਕਟੇਸ਼ਨਸ ਬ੍ਰੋਕਨ ਹੁੰਦੀਆਂ ਨੇ ਉਮੀਦਾਂ ਟੁੱਟਦੀਆਂ ਨੇ ਉਮੀਦਾਂ ਤੋਂ ਉੱਪਰ ਉੱਠਣਾ ਬੜਾ ਕਹਿਣਾ ਬੜਾ ਸੌਖਾ ਹੈ ਬਹੁਤ ਔਖਾ ਹੈ ਸਾਡੇ ਜੀਵਨ ਦੇ ਚਾਰ ਚਫੇਰੇ ਸਭ ਕੁਝ ਤੋਂ ਉਮੀਦਾਂ ਬਣਦੀਆਂ ਨੇ ਉਮੀਦ ਟੁੱਟਣੀ ਮਨ ਨੂੰ ਦੁਖੀ ਦੁਖੀ ਕਰਦੀ ਹੈ ਗੁਰੂ ਪਾਤਸ਼ਾਹ ਕਹਿੰਦੇ ਕੋਸ਼ਿਸ਼ ਕਰ ਉਮੀਦਾਂ ਚੱਕ ਦੇ ਫਿਰ ਤੌਖਲਾ ਚੱਕ ਦੇ ਅੰਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ ਇਹੋਂ ਫਿਰ ਜਿਹੜਾ ਮੈਲਾ ਮਾਨ ਹੈ ਨਾ ਫਿਰ ਉਹਦੇ ਵਿੱਚ ਸਮਾਜ ਜਾਵੇਗਾ ਇੱਥੇ ਮੈਂ ਇੱਕ ਹੋਰ ਤੁਹਾਨੂੰ ਬੇਨਤੀ ਕਰਾਂ ਜਿੰਦਗੀ ਦੇ ਵਿੱਚ ਸਭ ਤੋਂ ਇੱਕ ਅਹਿਮ 파ਰਟ ਹੈ ਸਾਡੀ ਜਿੰਦਗੀ ਦਾ ਜਿਹੜਾ ਬਚਪਨ ਤੋਂ ਸ਼ੁਰੂ ਹੋ ਜਾਂਦਾ ਉਹ ਹੈ ਸਲਾਹ ਸਲਾਹ ਉਪਦੇਸ਼ ਜਦੋਂ ਹੀ ਬੱਚਾ ਰਹਿਣ ਲੱਗ ਪਿਆ ਉਹਦੀ ਮਾਂ ਤਦ ਹੀ ਸਲਾਹਾਂ ਦੇਣ ਲੱਗ ਪਈ ਉਹਨੂੰ ਜਿਨਾਂ ਚਿਰ ਬੈਠਣ ਬੈਠਣ ਲੱਗ ਪਿਆ ਤਾਂ ਦੀ ਸਲਾਹ ਸ਼ੁਰੂ ਹੋ ਗਈਆਂ ਅਸੀਂ ਉਹਦੇ ਚਾਰਸ ਪੇਰੇ ਕਿਉਂ ਇਸ ਤਰ੍ਹਾਂ ਦਾ ਕਰ ਦਿੰਨੇ ਆ ਕਿ ਡਿੱਗ ਨਾ ਪਵੇ ਉਹਨੂੰ ਸਲਾਹ ਦਿੱਤੀ ਜਾਂਦੀ ਹੈ ਜਦੋਂ ਜਿਉਂ-ਜਿਉਂ ਉਹਦੀ ਸੋਜੀ ਬਦਣੀ ਸ਼ੁਰੂ ਹੋਈ ਉਹਨੂੰ ਸਲਾਹਾਂ ਸ਼ੁਰੂ ਹੋਈਆਂ ਨੰਬਰ 2 ਜਿਹੜੀਆਂ ਸਲਾਹਾਂ ਨੇ ਇਹ ਦੋ ਤਰ੍ਹਾਂ ਨਾਲ ਹੈ ਜੀ ਇੱਕ ਇਸ਼ਾਰਿਆਂ ਨਾਲ ਇੱਕ ਬੋਲ ਕੇ ਇਹ ਬਚਪਨ ਤੋਂ ਸ਼ੁਰੂ ਹੋ ਜਾਏਗਾ ਇਸ਼ਾਰੇ ਤੇ ਬੋਲ ਕੇ ਸਿਆਣੇ ਕਹਿੰਦੇ ਨੇ ਕਿ ਜਿੰਨਾ ਚਿਰ ਬੱਚਾ ਮਾਪਿਆਂ ਦੇ ਇਸ਼ਾਰੇ ਨਾਲ ਚੱਲਦਾ ਸਮਝ ਲਿਓ ਅੱਖ ਦੀ ਸ਼ਰਮ ਹੈ ਮਾਪੇ ਕਾਮਯਾਬ ਹੈ ਬੱਚਾ ਵੀ ਕਾਮਯਾਬ ਹੈ ਜਦੋਂ ਇਸ਼ਾਰੇ ਨਾ ਸਮਝੇ ਤੇ ਫਿਰ ਬੋਲਣਾ ਪੈਂਦਾ ਹੈ ਜੇ ਬੋਲ ਵੀ ਨਾ ਸਮਝੇ ਫਿਰ ਝਿੜਕਣਾ ਪੈਂਦਾ ਹੈ ਇਦਾਂ ਚੱਲਦਾ ਹੈ ਤਾਂ ਸੇਲਾ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਤੇ ਰੱਬ ਨੂੰ ਸਲਾਹ ਕਹਿ ਦਿੱਤਾ ਰੱਬ ਗਿਆਨ ਹੈ ਰੱਬ ਨੂੰ ਗਿਆਨ ਕਹਿ ਦਿੱਤਾ ਗਿਆਨ ਸਲਾਹ ਹੈਗੀ ਜੀ ਸੁਜੈਸ਼ਨ ਦਿੱਤੀ ਗਈ ਐਡਵਾਈਸ ਕੀਤਾ ਗਿਆ ਠੀਕ ਹੈ ਜਦੋਂ ਵੀ ਕੋਈ ਐਡਵਾਈਸ ਕਰਦਾ ਹੈ ਪੇਰੈਂਟਸ ਆਪਣੇ ਬੱਚਿਆਂ ਨੂੰ ਕੁਝ ਕਹਿੰਦੇ ਨੇ ਤਾਂ ਕੁਝ ਉਮੀਦਾਂ ਨੇ ਪਹਿਲੀ ਉਮੀਦ ਘੱਟੋ-ਘੱਟ ਇਹ ਮੰਨੇਗਾ ਓਬੀਡੀਐਂਟ ਹੋਏਗਾ ਸਭ ਤੋਂ ਵੱਡੀ ਉਮੀਦ ਹੈ ਤੇ ਸਭ ਤੋਂ ਵੱਡੀ ਸੱਟ ਹੈ ਜੀ ਜੇ ਇਹ ਚੀਜ਼ ਨਾ ਚੱਲੇ ਤਾਂ ਜੇ ਨਹੀਂ ਮੰਨੇ ਤੇ ਸੱਟ ਬਹੁਤ ਵੱਡੀ ਹੈ ਤੇ ਗੁਰੂ ਪਾਤਸ਼ਾਹ ਨੇ ਆਹੀ ਕਸਵੱਟੀ ਲਾ ਕੇ ਗੁਰਗੱਦੀ ਦਿੱਤੀ ਕਿ ਜੋ ਮੈਂ ਦੱਸ ਰਿਹਾ ਜੋ ਮੈਂ ਸਮਝਾ ਰਿਹਾ ਉਸ ਨੂੰ ਜਿਹੜਾ ਜਿਓਏਗਾ ਉਹਦੇ ਕੋਲ ਗੁਰਗੱਦੀ ਚਲੀ ਗਈ ਦੂਸਰੀ ਗੱਲ ਇਓ ਮਲ ਜਾਇ ਸਮਾਏ ਇਹ ਜਿਹੜਾ ਮੈਲਾ ਮਨ ਹੈ ਮੈਲ ਕੀ ਹੈ ਆ ਜਿਹੜੀ ਚਮੜੀ ਹੈ ਜੀ ਅਗਰ ਚਮੜੀ ਤੇ ਅਲਰਜੀ ਹੋ ਜਾਵੇ ਚਮੜੀ ਤੇ ਅਲਰਜੀ ਹੋ ਜਾਵੇ ਤਾਂ ਸਭ ਕੁਝ ਹੀ ਇਹਨੂੰ ਪੀੜਾ ਦੇਗਾ ਦਰਦ ਦੇਗਾ ਸਭ ਕੁਝ ਇੱਕ ਕੇਸ ਨੂੰ ਸਮਝਿਓ ਜਦੋਂ ਮਨ ਕੁਝ ਉਮੀਦ ਰੱਖਦਾ ਹੈ ਤੇ ਇਹਦੀ ਉਮੀਦ ਟੁੱਟਦੀ ਹੈ ਤੇ ਮਨ ਨੂੰ ਵੀ ਅਲਰਜੀ ਪੈਦਾ ਹੋ ਜਾਂਦੀ ਹੈ ਜੀ ਮਨ ਨੂੰ ਅਲਰਜੀ ਪੈਦਾ ਹੁੰਦੀ ਹੈ ਜਦੋਂ ਮਨ ਨੂੰ ਅਲਰਜੀ ਪੈਦਾ ਹੁੰਦੀ ਹੈ ਜੋ ਮਰਜ਼ੀ ਸਾਡੇ ਜਿੰਨਾ ਮਰਜ਼ੀ ਕਲੋਜ਼ ਹੋਵੇ ਚਾਹੇ ਉਹ ਬੱਚਾ ਹੈ ਬੇਟਾ ਹੈ ਚਾਹੇ ਬੇਟੀ ਹੈ ਮਾਂ ਹੈ ਭਰਾ ਹੈ ਭੈਣ ਤਾਂ ਉਸ ਦੀ ਹਰ ਗੱਲ ਜਿਹੜੀ ਹੈ ਉਹ ਚੁਬਣ ਲੱਗ ਜਾਏਗੀ ਕੀ ਬੱਚਿਆਂ ਨੂੰ ਮਾਂ ਦੀਆਂ ਗੱਲਾਂ ਨਹੀਂ ਚੁਬਦੀਆਂ ਸੁਭਾਅ 'ਚ ਅਲਰਜੀ ਹੋ ਗਈ ਔਰ ਸਿੱਖਿਆ ਜਿਹੜੀ ਹੈ ਉਹ ਦੂਸਰਾ ਸ਼ਬਦ ਹੈ ਮਤ ਪੁੱਠੀ ਸੀਸ ਨਿਵਾਇਆ ਕਿਆ થી ਜਾਂ ਰਿਦੇ ਕ ਸੁਧੇ ਜਾਏ ਪੁੱਠੀ ਮਤ ਦੀ ਨਿਸ਼ਾਨੀ ਹੈ ਮਤ ਦਾ ਸਬੰਧ ਕਿਹਦੇ ਨਾਲ ਹੈ ਜੀ ਮਤ ਦਾ ਸਬੰਧ ਸੋਝੀ ਨਾਲ ਹੈ ਮਤ ਦਾ ਸਬੰਧ ਸਲਾਹ ਨਾਲ ਹੈ ਮਤ ਦਾ ਸਬੰਧ ਗਿਆਨ ਨਾਲ ਹੈ ਜਦੋਂ ਮਤ ਪੁੱਠੀ ਹੋ ਗਈ ਜੀ ਉਹਨੂੰ ਗਿਆਨ ਕੌੜਾ ਲੱਗੇਗਾ ਐਂਟਰਟੇਨਮੈਂਟ ਮਿੱਠੀ ਲੱਗੇਗੀ ਕੋ ਸੰਗ ਵਾਲਾ ਪਾਸਾ ਕਿਉਂ ਮਿੱਠਾ ਲੱਗੇਗਾ ਕਿਉਂਕਿ ਉਧਰ ਗਿਆਨ ਥੋੜੀ ਦਿੱਤਾ ਜਾਂਦਾ ਹੈ ਸਲਾਹ ਥੋੜੀ ਦਿੱਤੀ ਜਾਂਦੀ ਹੈ ਸੁਭਾਅ ਵਿੱਚ ਅਲਰਜੀ ਹੋ ਜਾਣੀ ਜਦੋਂ ਗਿਆਨ ਕੌੜਾ ਲੱਗਣ ਲੱਗ ਜਾਵੇ ਮਨ ਨੂੰ ਸਲਾਹ ਤੋਂ ਅਲਰਜੀ ਹੋ ਜਾਵੇ ਤਾਂ ਇਹ ਮੈਲਾ ਹੈ ਇਹ ਮੈਲਾ ਇਸ ਲਈ ਹੈ ਕਿਉਂਕਿ ਤੋਖਲਿਆਂ 'ਚ ਜਿਉਂ ਰਿਹਾ ਤੇ ਉਮੀਦਾਂ ਵਿੱਚ ਜਿਉਂ ਇਨੂੰ ਪਤਾ ਹੀ ਨਹੀਂ ਲੱਗਿਆ ਅਸਲੀ ਜ਼ਿੰਦਗੀ ਦਾ ਜਿਉਂ-ਜਿਉ ਸਾਨੂੰ ਗੁਰਬਾਣੀ ਸਮਝ ਆਏਗੀ ਨਾ ਇਹ ਗੱਲ ਯਾਦ ਰੱਖਿਓ ਜਿਹਨੂੰ ਅਸੀਂ ਕਹਿੰਦੇ ਆ ਮਨ ਦਾ ਡਿੱਗ ਪੈਣਾ ਮਨ ਦਾ ਟਹਿ ਜਾਣਾ ਇਹ ਉਦੋਂ ਗੱਲ ਬਣੇਗੀ ਜਦੋਂ ਪਤਾ ਲੱਗੇ ਸੱਚੀ ਮੈਨੂੰ ਤਾਂ ਜਿਉਣਾ ਹੀ ਨਹੀਂ ਆਇਆ ਮੈਨੂੰ ਤਾਂ ਸੱਚੀ ਬੋਲਣਾ ਹੀ ਨਹੀਂ ਆਇਆ ਮੇਰੇ ਬੋਲ ਹੀ ਜ਼ਿੰਦਗੀ 'ਚ ਮੈਨੂੰ ਦੁਖੀ ਕਰ ਰਹੇ ਨੇ ਫਿਰ ਇਦਾਂ ਵੀ ਲੱਗੇਗਾ ਕਿ ਮੈਂ ਤਾਂ ਸੱਚੀ ਇਸ ਦੁਨੀਆ ਦੇ ਫਿੱਟ ਹੀ ਨਹੀਂ ਆ ਕਿਉਂਕਿ ਦੁਨੀਆ ਦਾ ਜਿਉਣਾ ਤਾਂ ਕੁਝ ਹੋਰ ਹੈ ਭਗਤਾਂ ਤਾਂ ਸੰਸਾਰੀਆਂ ਜੋੜ ਕਦੇ ਨਾ ਆਇਆ ਜੇ ਤਾਂ ਰੱਬ ਦੇ ਮਾਰਗ ਤੇ ਤੁਰਨਾ ਹੈ ਫਿਰ ਤਾਂ ਭਗਤਾਂ ਕੀ ਚਾਲ ਨਰਾਲੀ ਚਾਲ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਉਹ ਨਹੀਂ ਦੁਨੀਆ ਦੇ ਫਿੱਟ ਆਉਣਗੇ ਰੱਬ ਦੇ ਮਾਰਗ ਤੇ ਤੁਰਨ ਵਾਲਾ ਉਮੀਦਾਂ ਤੇ ਤੋਖਲਿਆਂ ਤੋਂ ਉੱਪਰ ਜਿਉਂਦਾ ਏ ਉਮੀਦਾਂ ਤੇ ਤੋਖਲਿਆਂ ਵਿੱਚ ਪਿਆ ਹੋਇਆ ਇਹ ਮੈਲਾ ਮਨ ਸਮਾ ਸਕਦਾ ਜੇ ਗਿਆਨ ਦਾ ਸੁਰਮਾ ਪ੍ਰਾਪਤ ਕਰਕੇ ਇਹਨੂੰ ਪਤਾ ਲੱਗ ਜਾਵੇ ਕਿ ਕਸਬੱਟੀ ਤੇ ਤਾਂ ਚੜਨਾ ਹੀ ਪਵੇਗਾ ਪਲ-ਪਲ ਦੀ ਕਸਬੱਟੀ ਜਿੱਡੀ ਵੱਡੀ ਬਖਸ਼ਿਸ਼ ਦੇ ਖਜ਼ਾਨੇ ਦੇ ਨੇੜੇ ਪਹੁੰਚਾਂਗੇ ਓਡੀਆਂ ਵੱਡੀਆਂ ਕਸਬੱਟੀਆਂ ਹੋਣਗੀਆਂ ਚਾਹੁੰਦਾ ਹਰ ਕੋਈ ਹੈ ਮੇਰੇ ਘਰ ਵਿੱਚ ਬਖਸ਼ਿਸ਼ ਹੋਵੇ ਮੇਰੇ ਬੱਚਿਆਂ 'ਚ ਬਖਸ਼ਿਸ਼ ਹੋਵੇ ਮੇਰੇ ਜੀਵਨ ਵਿੱਚ ਬਖਸ਼ਿਸ਼ ਹੋਵੇ ਜੇ ਬਖਸ਼ਿਸ਼ ਮਿਲ ਵੀ ਗਈ ਤੇ ਗਿਆਨ ਦੇ ਅੰਜਨ ਬਿਨਾਂ ਦਿਸੇਗੀ ਨਹੀਂ ਤੋਖਲਿਆਂ ਵਿੱਚ ਗਵਾ ਲਏਗਾ ਉਮੀਦਾਂ ਵਿੱਚ ਗਵਾ ਲਏਗਾ ਇਹ ਮਨ ਸਮਾ ਸਕਦਾ ਜੇ ਗੁਰੂ ਪਾਤਸ਼ਾਹ ਦੀਆਂ ਇਹ ਬਾਤਾਂ ਸਾਨੂੰ ਸਮਝ ਆ ਜਾਣ ਸਤਿਗੁਰੂ ਕਹਿੰਦੇ ਮਨ ਉਲਝਿਆ ਕਿੱਥੇ ਹੈ ਇਹ ਤੋਖਲਿਆਂ ਦੇ ਵਿੱਚ ਕਿਉਂ ਉਲਝਿਆ ਹੋਇਆ ਹੈ ਇਹ ਉਮੀਦਾਂ ਵਿੱਚ ਕਿਉਂ ਫਸਿਆ ਹੋਇਆ ਹੈ ਉਹਦਾ ਕਾਰਨ ਅੱਗੇ ਦੱਸ ਰਹੇ ਨੇ ਸੋਖ ਬੋਖ ਮਨ ਸਮਤਾ ਨੇ ਨਹੀਂ ਵਾਗਰੋ ਸੋਮਕੋ ਮੰਗਿਆ ਸਭਨ ਕੋ ਦੁੱਖ ਨਾ ਮੰਗਿਆ ਕੋਈ ਇੱਥੇ ਦੀ ਨਾ ਤਾਂ ਜਿਹੜਾ ਸੁਖ ਸ਼ਬਦ ਵਰਤਿਆ ਉਹ ਡੈਫੀਨੇਸ਼ਨ ਹੈ ਜਿਹੜੀ ਅਸੀਂ ਵਰਤ ਰਹੇ ਆ ਉਹ ਨਹੀਂ ਹੈ ਜੀ ਜਿਹੜੀ ਦੁੱਖਾਂ ਦੀ ਸਾਡੀ ਡੈਫੀਨੇਸ਼ਨ ਹੈ ਉਹ ਨਹੀਂ ਹੈ ਕੋਸ਼ਿਸ਼ ਕਰੋ ਸ਼ਬਦ ਦੇ ਵਿੱਚੋਂ ਲੱਭੋ ਸ਼ਬਦ ਦੇ ਵਿੱਚ ਉੱਪਰ ਆਇਆ ਜੀ ਕਸਵੱਟੀ ਪ੍ਰੀਖਿਆ ਠੀਕ ਹੈ ਜੀ ਉਸ ਪ੍ਰੀਖਿਆ ਨੂੰ ਤਾਂ ਮੰਗਦਾ ਹੀ ਨਹੀਂ ਇਹ ਮੰਗਦਾ ਤੋਂ ਭਾਵ ਚਾਹੁੰਦਾ ਹੀ ਨਹੀਂ ਇੱਥੋਂ ਦੇ ਬੱਚੇ ਨਾ ਜਿਹੜੀ ਚੀਜ਼ ਉਹ ਚਾਹੁੰਦੇ ਹੁੰਦੇ ਨੇ ਜਾਂ ਨਹੀਂ ਚਾਹੁੰਦੇ ਉਹ ਸ਼ਬਦ ਵਰਤਦੇ ਮੈਂ ਨਹੀਂ ਮੰਗਦਾ ਮੈਂ ਆ ਮੰਗਦਾ ਯਾਨੀ ਚਾਹੁੰਦਾ ਇੱਛਾ ਇਹਦੇ ਅੰਦਰ ਕਸਵਟੀਆਂ ਵਿੱਚੋਂ ਦੀ ਨਿਕਲਦੀ ਇੱਛਾ ਹੀ ਨਹੀਂ ਮੰਗਦਾ ਕਿਸ ਨੂੰ ਹੈ ਜੀਨੂੰ ਇਹ ਸੁੱਖ ਸਮਝੀ ਬੈਠਾ ਹੈ ਐਕਚੁਅਲੀ ਸਹੂਲਤਾਂ ਨੂੰ ਸੁੱਖ ਸਮਝੀ ਬੈਠਾ ਹੈ ਸੌਖੇ ਤਰੀਕੇ ਨਾਲ ਬਾਣੀ ਕੋਈ ਹੋਰ ਪੜ ਲਵੇ ਤੇ ਫਲ ਮੈਨੂੰ ਮਿਲ ਜਾਵੇ ਜੇ ਰਾਤ ਨੂੰ ਸੌਂ ਗਿਆ ਤੇ ਆਪੇ ਭੁਗਤ ਲਵੇ ਸੌਖਾ ਤਰੀਕਾ ਕਰੇ ਕੋਈ ਹੋਰ ਮਿਲੇ ਮੈਨੂੰ ਸੌਖਾ ਤਰੀਕਾ ਇਦਾਂ ਨਹੀਂ ਹੋਏਗਾ ਹਾਂ ਇਸ ਤਰੀਕੇ ਨਾਲ ਤਾਂ ਹੋ ਸਕਦਾ ਹੈ ਇੱਕ ਬੱਚਾ ਜਾ ਰਿਹਾ ਤਿਲਕ ਰਿਹਾ ਉਹ ਡਿੱਗਣ ਲੱਗਿਆ ਇੱਕ ਬਜ਼ੁਰਗ ਤੋਂ ਫੜਿਆ ਨਹੀਂ ਜਾਂਦਾ ਬਜ਼ੁਰਗ ਨੇ ਉਹਦੇ ਤੇ ਤਰਸ ਕੀਤਾ ਤਰਸ ਕਰਕੇ ਆਵਾਜ਼ਾਂ ਮਾਰਦਾ ਉਹ ਬੱਚੇ ਨੂੰ ਬਚਾਓ ਵਿਚਾਰੇ ਨੂੰ ਬੱਚੇ ਨੂੰ ਬਚਾਓ ਪੁੱਬਾ ਮਾਰਦਾ ਉਹ ਇਹਨੂੰ ਬਚਾਓ ਉਹਨੂੰ ਤਰਸ ਆ ਗਿਆ ਹਾਂ ਇਹਦੀਆਂ ਪੁੱਬਾ ਮਾਰਨੀਆਂ ਇਹਦੇ ਅੰਦਰੋਂ ਨਿਕਲੀ ਆਵਾਜ਼ ਅਰਦਾਸ ਹੈ ਜੋ ਸਾਹਮਣੇ ਸੀ ਉਹਦੇ ਅੱਗੇ ਅਰਦਾਸ ਕਰ ਦਿੱਤੀ ਬਚਾਓ ਇਹਨੂੰ ਇਦਾਂ ਤਾਂ ਕੰਮ ਆ ਸਕਦਾ ਹੈ ਦਾਤਾ ਸਾਡੇ ਤੇ ਤਰਸ ਕਰਦਾ ਹੈ ਕਿਸ ਰੂਪ ਵਿੱਚ ਕਰਦਾ ਹੈ ਸਾਡੇ ਕੋਲੇ ਗਿਆਨ ਦਾ ਸਰਮਾ ਨਹੀਂ ਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾ ਕਰਦੇ ਨੇ ਸਾਡੇ ਕੋਲੇ ਦਿਆਂ ਗਿਆਨ ਦਾ ਸਰਮਾ ਨਹੀਂ ਉਹ ਤਰਸ ਕਰਕੇ ਕਸਵਟੀਆਂ ਲਾਉਂਦੇ ਨੇ ਅਸੀਂ ਉਹਨੂੰ ਚਾਹੁੰਦੇ ਨਹੀਂ ਇਥੇ ਦੁੱਖ ਇੱਕ ਬਚਨ ਹੈ ਜੀ ਦੁੱਖ ਇੱਕ ਬਚਨ ਹੈ ਜਿੱਥੇ ਵੀ ਇੱਕ ਬਚਨ ਦੁੱਖ ਹੈ ਖਖੇ ਨੂੰ ਔਕੜ ਹੈ ਉਹਦੇ ਅਰਥ ਹੈ ਅੰਦਰਲੀ ਪੀੜਾ ਅੰਦਰਲਾ ਦਰਦ ਇਹ ਅੰਦਰ ਦਰਦ ਨਹੀਂ ਪੈਦਾ ਹੋਣ ਦੇ ਰਿਹਾ ਦੁਨੀਆ ਦੇ ਮਾਰਗ ਤੇ ਦਰਦ ਉਹ ਹੋਰ ਤਰ੍ਹਾਂ ਦਾ ਹੈ ਗੁਰੂ ਦੇ ਮਾਰਗ ਤੇ ਤੁਰ ਕੇ ਵੀ ਦਰਦ ਹੈ ਜੀ ਇਹ ਵੀ ਇੱਕ ਪੀੜਾ ਹੈ ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਪੁੱਤਰ ਖਾਣਾ ਖਾ ਲ ਮਾਂ ਮੈਨੂੰ ਚੰਗਾ ਨਹੀਂ ਲੱਗਦਾ ਪੁੱਤ ਖੇੜਿਆ ਮਾਂ ਮੈਨੂੰ ਚੰਗਾ ਨਹੀਂ ਲੱਗਦਾ ਬੈਦ ਬੁਲਾਇਆ ਜਾਂਦਾ ਹੈ ਬਾਹ ਛਡਾ ਲੈਂਦੇ ਨੇ ਗੁਰੂ ਪਾਤਸ਼ਾਹ ਨਹੀਂ ਤੂੰ ਰੋਗ ਨਹੀਂ ਲੱਭ ਸਕੇਗਾ ਆ ਦੁਨੀਆ ਰੋਗੀ ਹੈ ਜੋ ਜੋ ਦੀਸ ਹੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਸਾਰੇ ਰੋਗੀ ਨੇ ਸੁਭਾਉ ਕਰਕੇ ਸੋਚ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਸੋਚ ਸੁਭਾਉ ਕਰਕੇ ਰੋਗੀ ਨੇ ਤੇ ਦੁੱਖ ਪਾਉਂਦੇ ਨੇ ਮਾਂ ਮੈਂ ਉਦਾਸ ਹਾਂ ਮੈਨੂੰ ਚੰਗੇ ਨਹੀਂ ਲੱਗਦੇ ਮੇਰਾ ਮਨ ਦੁਖੀ ਹੁੰਦਾ ਹੈ ਕਿਸੇ ਨੂੰ ਦੁਖੀ ਦੇਖ ਕੇ ਮੇਰਾ ਮਨ ਜਿਹੜਾ ਹੈ ਨਾ ਉਹ ਅੰਦਰ ਇੱਕ ਪੀੜਾ ਵਿੱਚ ਹੈ ਦਰਦ ਵਿੱਚ ਹੈ ਉਦਾਸ ਹੋ ਕੇ ਗੁਰੂ ਪਾਤਸ਼ਾਹ ਵੈਦ ਨੂੰ ਕਹਿੰਦੇ ਨੇ ਵੈਦ ਜੀ ਮੈਂ ਇਦਾਂ ਨਹੀਂ ਬੈਠਣਾ ਚਾਹੁੰਦਾ ਇਹਨਾਂ ਨੂੰ ਦੁਖੀ ਦੇਖ ਕੇ ਮੈਂ ਇਹਨਾਂ ਨੂੰ ਐਜੂਕੇਟ ਕਰਨਾ ਚਾਹੁੰਦਾ ਇੱਕ ਹੁੰਦੀ ਗ੍ਰੈਜੂਏਸ਼ਨ ਇੱਕ ਹੁੰਦਾ ਐਜੂਕੇਸ਼ਨ ਗ੍ਰੈਜੂਏਸ਼ਨ ਦੀ ਲਿਮਟ ਹੈ ਸਕੂਲ ਤੋਂ ਗ੍ਰੈਜੂਏਸ਼ਨ ਹੋਈ ਹਾਈ ਸਕੂਲ ਚ ਲਿਆ ਗਿਆ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਹੋਈ ਕਾਲਜ ਯੂਨੀਵਰਸਿਟੀ ਚ ਲਿਆ ਗਿਆ ਉੱਥੋਂ ਗ੍ਰੈਜੂਏਸ਼ਨ ਹੋਈ ਕੰਮ ਤੇ ਚ ਲਿਆ ਗਿਆ ਐਜੂਕੇਟ ساری ਜ਼ਿੰਦਗੀ ਹੋਣਾ ਹੈ ਐਜੂਕੇਸ਼ਨ ਦਾ ਸਬੰਧ ਸੋਚ ਸੁਭਾਅ ਨਾਲ ਹੈ ਗ੍ਰੈਜੂਏਸ਼ਨ ਦਾ ਸਬੰਧ ਮਤ ਦੇ ਨਾਲ ਹੈ ਜੀ ਦਿਮਾਗ ਦੇ ਨਾਲ ਹੈ ਦਿਮਾਗ ਵਰਤ ਕੇ ਦੁਨਿਆਵੀ ਪ੍ਰਾਪਤੀਆਂ ਕਿਵੇਂ ਕਰਨੀਆਂ ਨੇ ਇਹ ਗ੍ਰੈਜੂਏਸ਼ਨ ਹੈ ਸੋਚ ਸੁਭਾਅ ਨੂੰ ਕਿਵੇਂ ਸੰਵਾਰਨਾ ਹੈ ਐਜੂਕੇਸ਼ਨ ਹੈ ਮਾਂ ਮੈਂ ਇਹਨਾਂ ਨੂੰ ਐਜੂਕੇਟ ਕਰਾਂਗਾ ਬੈਦ ਜੀ ਇਹਨਾਂ ਨੂੰ ਐਜੂਕੇਟ ਕਰਾਂਗਾ ਉਦਾਸ ਹੋ ਕੇ ਦੁਨੀਆ ਦੇ ਦੁੱਖ ਦੇਖ ਕੇ ਉਦਾਸ ਹੋ ਕੇ ਜਦੋਂ ਐਜੂਕੇਟ ਕਰਨ ਤੁਰੇ ਉਹਨੂੰ ਕਹਿੰਦੇ ਉਦਾਸੀ ਚਾਰ ਵਾਰੀ ਘਰੋਂ ਨਿਕਲੇ 7 7 8 8 ਸਾਲਾਂ ਬਾਅਦ ਵਾਪਸ ਮੁੜੇ ਉਹਨੂੰ ਚਾਰ ਉਦਾਸੀਆਂ ਕਿਹਾ ਤਾਂ ਪੀੜਾ ਤਾਂ ਗੁਰੂ ਪਾਤਸ਼ਾਹ ਦੇ ਅੰਦਰ ਵੀ ਸੀ ਉਹ ਇੱਕ ਵਚਨ ਦੁੱਖ ਸੀ ਇਹਨੂੰ ਕੋਈ ਮੰਗ ਨਹੀਂ ਰਿਹਾ ਕੋਈ ਗੁਰੂ ਬੱਚਾ ਡੁੱਬ ਰਿਹਾ ਹੈ ਬੱਚਾ ਡਿੱਗ ਰਿਹਾ ਹੈ ਬੱਚਾ ਫਸ ਰਿਹਾ ਹੈ ਉਹ ਜਿਸ ਬਜ਼ੁਰਗ ਨੇ ਆਵਾਜ਼ਾਂ ਮਾਰੀਆਂ ਬੱਚੇ ਨੂੰ ਬਚਾਓ ਬੱਚੇ ਨੂੰ ਬਚਾਓ ਦੁੱਖ ਤਾਂ ਉਹਦੇ ਅੰਦਰ ਵੀ ਹੈ ਇਸ ਦੁੱਖ ਨੂੰ ਮੰਗੀ ਨਹੀਂ ਰਿਹਾ ਕੋਈ ਜਿਹੜਾ ਕਿਸੇ ਦੇ ਲਈ ਕਿਸੇ ਦੇ ਦੁਖੀ ਦੇਖ ਕੇ ਅੰਦਰ ਪੀੜਾ ਪੈਦਾ ਹੋ ਜਾਣੀ ਉਹ ਇੱਕ ਬਚਨ ਦੁੱਖ ਹੈ ਜੀ ਉਸ ਨੂੰ ਮੰਗ ਨਹੀਂ ਰਿਹਾ ਕੋਈ ਉਹਨਾਂ ਸੁੱਖਾਂ ਨੂੰ ਮੰਗ ਰਿਹਾ ਜਿਹੜੇ ਸੁੱਖਾਂ ਦੇ ਵਿੱਚ ਮਨ ਉਲਝਦਾ ਹੈ ਇਨੂੰ ਪਤਾ ਨਹੀਂ ਕਿਉਂਕਿ ਗਿਆਨ ਦਾ ਸੁਰਮਾ ਨਹੀਂ ਹੈ ਦੇਖੋ ਇਹਨੂੰ ਦਿਸਦਾ ਨਹੀਂ ਹੈ ਹੁੰਦਾ ਕੀ ਹੈ ਬਾਪਰ ਦਾ ਇਹਦੇ ਉਲਟ ਹੈ ਅੱਗੇ ਦੇਖੋ ਸਰ ਖ ਕੋਦ ਖ ਇਕਲਾ ਮਨਮਕ ਬੂਝ ਨਾ ਹੋਏ ਮਤ ਦੇ ਵਿੱਚ ਸੋਜੀ ਦਾ ਗਿਆਨ ਦਾ ਸੁਰਮਾ ਨਾ ਹੋਣ ਕਰਕੇ ਮਨ ਦੇ ਪਿੱਛੇ ਲੱਗ ਰਿਹਾ ਜੋ ਅੰਦਰ ਵਿਚਾਰ ਆਇਆ ਉਸ ਵਿਚਾਰ ਅਨਸਾਰ ਫੈਸਲਾ ਲੈ ਲਿਆ। ਕਸਵੱਟੀ ਦੇ ਨਾਲ ਲਾ ਕੇ ਦੇਖਿਆ ਵਿਚਾਰ ਮੇਰੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦਾ ਹੋ ਸਕਦਾ ਹੈ। ਇਹ ਗੱਲ ਯਾਦ ਰੱਖਿਓ। ਅਸੀਂ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆਂ। ਹਰ ਮਾਪੇ ਬੱਚਿਆਂ ਨੂੰ ਵਧੀਆ ਬਣਾਉਣਾ ਚਾਹੁੰਦੇ ਨੇ। ਹਰ ਮਾਪੇ ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਚਾਹੇ ਅਨਪੜਾ ਹੈ ਚਾਹੇ ਪੜਿਆ ਲਿਖਿਆ ਹੈ, ਚਾਹੇ ਛੋਟਾ ਹੈ ਚਾਹੇ ਵੱਡਾ ਜੋ ਮਰਜ਼ੀ ਹੈ ਵਧੀਆ ਕਰਨਾ ਚਾਹੁੰਦਾ ਹੈ। ਉਹਨੂੰ ਪਤਾ ਨਹੀਂ ਲੱਗਦਾ ਕਿਹੜੇ ਬੋਲ ਮੇਰੇ ਬੱਚੇ ਅੰਦਰ ਕੌੜੇ ਬੀਜ-ਬੀਜਦੇ ਨੇ ਤੇ ਕਿਹੜੇ ਬੋਲ ਚੰਗੇ ਬੀਜ-ਬੀਜਦੇ ਨੇ, ਮਿੱਠੇ ਬੀਜ-ਬੀਜ। ਉਹਨੂੰ ਪਤਾ ਨਹੀਂ, ਗਿਆਨ ਦਾ ਸੁਰਮਾ ਨਹੀਂ। ਬੱਚਿਆਂ ਦੇ ਸਾਹਮਣੇ ਬਹੁਤ ਸਾਰੇ ਬੋਲ ਅਸੀਂ ਐਸੇ ਕੱਢ ਦਿੰਨੇ ਆ। ਮੈਂ ਇੱਕ ਹੋਰ ਉਦਾਹਰਨ ਦੇਵਾਂ। ਕਈ ਵਾਰੀ ਕੋਈ ਰਿਸ਼ਤੇਦਾਰ ਹੁੰਦਾ ਹੈ, ਮਿੱਤਰ-ਦੋਸਤ ਆਉਂਦਾ ਹੈ, ਉਹ ਚਰਚਾ ਕਰਦਾ ਹੈ। ਕਿ ਮਾਂ ਤੇ ਪਿਤਾ ਇਸ ਗੱਲ ਤੇ ਸੁਚੇਤ ਨੇ ਉਹਨਾਂ ਕੋਲੇ ਗਿਆਨ ਦਾ ਸੁਰਮਾ ਹੈ ਕਿ ਵੀ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਸਾਡੇ ਬੱਚਿਆਂ ਤੇ ਇਹਦਾ ਉਲਟਾ ਅਸਰ ਪੈ ਰਿਹਾ। ਜੇ ਥੋੜਾ ਬਹੁਤ ਸੁਰਮਾ ਹੈ ਉਲਟਾ ਅਸਰ ਪੈ ਰਿਹਾ ਹੈ ਕੀ ਹਿੰਮਤ ਹੈ ਕਹਿਣ ਦੀ ਵੀ ਨਹੀਂ ਮੇਰੇ ਘਰ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਚੱਲਦੀਆਂ। ਸਾਡਾ ਘਰ ਹੈ ਜਦੋਂ ਮਰਜ਼ੀ ਕੁੰਡੀ ਲਾਈਏ ਜਦੋਂ ਮਰਜ਼ੀ ਖੋਲ੍ਹ ਲਈਏ ਅਸੀਂ ਕਿਸੇ ਦੀ ਹਿੰਮਤ ਨਹੀਂ ਹੈ। ਅਸੀਂ ਨਹੀਂ ਆਉਣ ਦੇਣਾ ਕਿਸੇ ਦੀ ਹਿੰਮਤ ਨਹੀਂ ਆ ਜਾਏਗਾ। ਇਹਨਾਂ ਦੇਸ਼ਾਂ 'ਚ ਦਿਖਾ ਦਿੱਤਾ ਕਿ ਪਰਸਨਲ ਪ੍ਰੋਪਰਟੀ ਹੈ। ਇਹ ਪਰਸਨਲ ਪ੍ਰੋਪਰਟੀ ਹੈ ਤੇ ਉੱਥੇ ਵਾਰੰਟ ਤੋਂ ਬਿਨਾ ਪੁਲਿਸ ਵੀ ਨਹੀਂ ਅੰਦਰ ਐਂਟਰ ਹੋ ਸਕਦੀ ਕੀ ਹਿੰਮਤ ਹੈ ਬੱਚਿਆਂ ਦੇ ਸਾਹਮਣੇ ਛੋਟੇ-ਛੋਟੇ ਬੱਚੇ ਫਿਰਦੇ ਹੋਣ ਠੀਕ ਹੈ ਉਹਨਾਂ ਦੇ ਸਾਹਮਣੇ ਪ੍ਰੋਪਰਟੀ ਬਣਾਉਣ ਦੀਆਂ ਪੈਸੇ ਬਣਾਉਣ ਦੀਆਂ ਗੱਲਾਂ ਉਹਨਾਂ ਦੇ ਅੰਦਰ ਕੀ ਪਾ ਰਹੀਆਂ ਨੇ ਕਿ ਆਹੀ ਜ਼ਿੰਦਗੀ ਹੈ ਬਸ ਆਹੀ ਜ਼ਿੰਦਗੀ ਹੈ ਆ ਲਗਜ਼ਰੀ ਲਾਈਫ ਹੀ ਜ਼ਿੰਦਗੀ ਹੈ ਸਾਨੂੰ ਪਤਾ ਹੀ ਨਹੀਂ ਹੁੰਦਾ ਕੀ ਹੈ ਸੁੱਖ ਹੈ ਕਾ ਦੁੱਖ ਹੈ ਗਲਾ ਉਹ ਜਿਹਨੂੰ ਤੂੰ ਸੁੱਖ ਸਮਝੀ ਬੈਠਾ ਉਹਦੇ ਚੋਂ ਤਾਂ ਵੱਡੇ ਦੁੱਖ ਨਿਕਲਨੇ ਨੇ ਤੇ ਮਨ ਦੇ ਪਿੱਛੇ ਲੱਗ ਰਿਹਾ ਬੂਝ ਨਾ ਹੋਏ ਗਿਆਨ ਦਾ ਸੁਰਮਾ ਨਹੀਂ ਸੋਝੀ ਨਹੀਂ ਹੁਣ ਸੋਚ ਕੇ ਦੇਖੋ ਘਰ ਵਿੱਚ ਬੱਚੇ ਹੋਣ ਛੋਟੇ ਟੀਨੇਜ ਤੋਂ ਥੱਲੇ ਕੋਈ ਰਿਸ਼ਤੇਦਾਰ ਕੋਈ ਮਿੱਤਰ ਦੋਸਤ ਘਰ ਵਿੱਚ ਬੈਠਾ ਹੋਇਆ ਗੱਲ ਚਲਾਉਂਦਾ ਫਲਾਣੇ ਦੇ ਜੀ ਪਾਰਟੀ ਹੋਈ ਜੀ ਇੰਨੀ ਸ਼ਰਾਬ ਚੱਲੀ ਜੀ ਸਾਡੀ ਹਿੰਮਤ ਨਹੀਂ ਪੈਂਦੀ ਬੱਚਿਆਂ ਦੇ ਸਾਹਮਣੇ ਕਿਹ ਗੱਲ ਕਰ ਰਿਹਾ ਉਹ ਕਹਿੰਦਾ ਜੀ ਫਲਾਣੇ ਕਲਾਕਾਰ ਨੇ ਆਉਣਾ ਜੀ ਸਾਡੀ ਹਿੰਮਤ ਨਹੀਂ ਪੈਂਦੀ ਜੀ ਵੀ ਅਸੀਂ ਕਹੀਏ ਵੀ ਬੱਚਿਆਂ ਦੇ ਸਾਹਮਣੇ ਨਾ ਗੱਲ ਕਰ ਇੰਨੀ ਕਿ ਤਾਂ ਹਿੰਮਤ ਰੱਖੀ ਵੀ ਸਾਡੇ ਘਰ 'ਚ ਇਹ ਗੱਲਾਂ ਨਹੀਂ ਚੱਲਦੀਆਂ ਵੀਰਾ ਸਾਡੇ ਮਨ 'ਚ ਇੱਕ ਤੋਖਲ ਹੈ ਅਪਿਛੇ ਅੰਦੇਸਾ ਸ਼ਬਦ ਵਰਤਿਆ ਨਾ ਤੋਖਲਾ ਕਿ ਟੁੱਟ ਨਾ ਜਾਵੇ ਜਿਹੜਾ ਇਸ ਤਰ੍ਹਾਂ ਦੀ ਜ਼ਹਿਰ ਮੰਨਣ ਤੇ ਕੱਲ ਟੁੱਟਦਾ ਅੱਜ ਟੁੱਟ ਜਾਵੇ ਕੋਈ ਫਰਕ ਨਹੀਂ ਪੈਂਦਾ ਪੁਰਾਣੇ ਬਜ਼ੁਰਗ ਪੜਦੇ ਹੁੰਦੇ ਸੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਲੋਕ ਲਾਜ ਰੱਖਦੇ 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 ਘਰ ਉਜਾੜ ਲੈਂਦੇ ਹਾਂ ਤੋਖਲਾ ਤੋਖਲਾ ਹੈ ਜਿਸ ਨੂੰ ਸੁਖ ਸਮਝਦਾ ਹੈ ਉਸ ਸੁਖ ਦੇ ਪਿੱਛੇ ਭੱਜ ਕੇ ਬਹੁਤ ਸਾਰੇ ਦੁੱਖ ਸਹਿੜੀ ਜਾ ਰਿਹਾ ਹੈ ਮਨ ਦੇ ਪਿੱਛੇ ਲੱਗ ਰਿਹਾ ਹੈ ਵਿਚਾਰਾਂ ਦੇ ਪਿੱਛੇ ਲੱਗ ਰਿਹਾ ਸੋਝੀ ਨਹੀਂ ਇਸ ਨੂੰ ਅਗਲੀ ਪੰਕਤੀ ਸੋਖੰ ਦੁਖ ਸਮਕਾਰਿ ਜਾਣੀ ਹੈ ਸ਼ਬਦ ਬੇਦ ਸੁਖ ਹੋਇ ਹੁਣ ਸੋਚ ਕੇ ਦੇਖਿਓ ਇੱਕ ਪਾਸੇ ਤੇ ਅੱਧੀ ਪਹਿਲੀ ਅੱਧੀ ਪੰਕਤੀ ਚ ਕਹੇਤਾ ਕਿ ਸੁਖ ਤੇ ਦੁਖ ਨੂੰ ਬਰਾਬਰ ਕਰਕੇ ਜਾਣੇ ਜਿਹੜੇ ਜਾਣਦੇ ਨੇ ਰੱਬ ਦੇ ਪਿਆਰੇ ਅੱਗੇ ਕਹਿ ਦਿੱਤਾ ਕਿ ਉਪਦੇਸ਼ ਵਿੱਚ ਭਿੱਜ ਕੇ ਸੁਖ ਹੁੰਦਾ ਹੈ ਫਰਕ ਪਤਾ ਲੱਗਿਆ ਦੋਨਾਂ ਸੁਖ ਦਾ ਇੱਧਰਲੇ ਪਹਿਲੇ ਸੁਖ ਦਾ ਤੇ ਅੱਗੇ ਜਾ ਕੇ ਸੁਖ ਦਾ ਅੱਗੇ ਇੱਕ ਬਚਨ ਹੈ ਜੀ ਕਕੇ ਨੂੰ ਔਮਕੜਾ ਜਿਹੜੇ ਦੁਨਿਆਵੀ ਸੁਖ ਨੇ ਤੇ ਦੁਨਿਆਵੀ ਦੁੱਖ ਨੇ ਇਹਨਾਂ ਨੂੰ ਬਰਾਬਰ ਜਾ ਸਮਝ ਸੁਖ ਛੱਡਣੇ ਪੈਣ ਕੋਈ ਫਰਕ ਨਹੀਂ ਪੈਂਦਾ ਦੁੱਖ ਆ ਜਾਣ ਕੋਈ ਫਰਕ ਨਹੀਂ ਪੈਂਦਾ ਅੰਦਰਲੀ ਸੰਤੁਸ਼ਟੀ ਦਾ ਸੁੱਖ ਨਾ ਕਿਤੇ ਨਿਕਲ ਜਾਵੇ ਕੋਈ ਫਰਕ ਨਹੀਂ ਪੈਂਦਾ ਦੁੱਖ ਆ ਗਿਆ ਪੀੜਾ ਦੇਗਾ নো ਡਾਊਟ ਹਰ ਦੁੱਖ ਪੀੜਾ ਦੇਗਾ ਪਰ ਉਸ ਪੀੜਾ ਦੇ ਵਿੱਚ ਜੇ ਅੰਦਰ ਸੰਤੁਸ਼ਟੀ ਹੈ ਨਾ ਆਹੀ ਤਾਂ ਮਾਛੀ ਬਾੜੇ ਦੇ ਜੰਗਲਾਂ ਸਿਖਾਇਆ ਸੀ ਨੰਦਪੁਰ ਸਾਹਿਬ ਕਿੱਧਰ ਗਿਆ ਕਿੱਧਰ ਗਏ ਪੰਜ ਕਿਲੇ ਕਿੱਧਰ ਗਿਆ ਤਾਜ ਬਾਜ ਘੋੜਾ ਕਿੱਧਰ ਗਏ ਮਾਤਾ ਜੀ ਕਿੱਧਰ ਗਿਆ ਸਾਹਿਬ ਜاده ਕਿੱਧਰ ਗਏ ਗੁਰੂ ਕੇ ਮਹਿਲ ਇੱਕੋ ਇੱਕ ਸੀ ਸੰਤੋਸ਼ਤੀ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਅੰਦਰ ਸੰਤੋਸ਼ਤੀ ਜਿਹੜਾ ਦੁੱਖਾਂ ਵਿੱਚ ਵੀ ਅੰਦਰੋਂ ਸੰਤੁਸ਼ਟ ਰਹਿ ਸਕਦਾ ਉਹਨੂੰ ਕੌਣ ਦੁਖੀ ਕਰੇਗਾ ਕੋਈ ਤੇ ਜਿਹੜਾ ਸੁੱਖਾਂ ਵਿੱਚ ਵੀ ਅੰਦਰੋਂ ਸੰਤੁਸ਼ਟ ਨਹੀਂ ਹੈ ਉਹਨੂੰ ਸੁਖੀ ਕੌਣ ਕਰੇਗਾ ਇਸ ਲਈ ਇਹ ਸੁਖ ਦੁਨਿਆਵੀ ਸੁੱਖ ਆ ਜਾਣੇ ਦੁਨਿਆਵੀ ਦੁੱਖ ਆ ਜਾਣੇ ਇਹ ਕੋਈ ਬਹੁਤੀ ਵੱਡੀ ਖੇਡ ਨਹੀਂ ਕੋਈ ਬੰਦਾ ਦੁਨੀਆਂ ਤੇ ਹੱਥ ਖੜਾ ਕਰਕੇ ਕਹਿ ਸਕਦਾ ਕਿ ਮੇਰੀ ਜ਼ਿੰਦਗੀ 'ਚ ਕਦੀ ਦੁੱਖ ਨਹੀਂ ਆਇਆ ਤੁਸੀਂ ਕਦੀ ਵੀ ਜਿਨ੍ਹਾਂ ਨੇ ਸਰੀਰ ਵਿੱਚ ਜੀਵਨ ਜਿਉਇਆ ਕੋਈ ਇੱਕ ਵੀ ਸਰੀਰ ਲੱਭੋਗੇ ਜਿਹਦੀ ਜ਼ਿੰਦਗੀ 'ਚ ਦੁੱਖ ਨਹੀਂ ਆਇਆ ਕੀ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ 'ਚ ਨਹੀਂ ਆਇਆ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਮਰ ਪੌਣੇ 8 ਸਾਲ ਦੀ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲ ਜਾਂਦੀ ਹੈ ਤੇ ਉਹ ਜਾ ਕੇ ਘਰਾਂ ਦੇ ਵਿੱਚ ਉਹਨਾਂ ਗਰੀਬਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਫਸਟ ਏਡ ਕਰਦੇ ਨੇ ਉਹਨਾਂ ਦੀ ਕਿਉਂਕਿ ਚੇਚਕ ਦੀ ਬਿਮਾਰੀ ਵਾਲੇ ਕੋਈ ਨੇੜੇ ਨਹੀਂ ਸੀ ਲੱਗਦਾ ਮੈਨੂੰ ਚੇਚਕ ਨਾ ਹੋ ਜਾਵੇ ਗੁਰੂ ਪਾਤਸ਼ਾਹ ਰੂਹ ਲੈ ਕੇ ਉਹਨਾਂ ਨੂੰ ਸਾਫ਼ ਕਰਦੇ ਉਹਨਾਂ ਦੇ ਚਿਹਰੇ ਸਾਫ਼ ਕਰਦੇ ਉਸ ਵੇਲੇ ਦਾ ਜੋਤ ਸੀ ਉਸ ਦੇ ਨਾਲ ਠੀਕ ਕਰਦੇ ਹੋਇਆ ਕੀ ਗੁਰੂ ਪਾਤਸ਼ਾਹ ਦੇ ਚੇਚਕ ਹੋ ਗੀ ਅੱਠਵੇਂ ਪਾਤਸ਼ਾਹ ਇੱਕ ਗੱਲ ਯਾਦ ਰੱਖਿਓ ਜਿਹੜੇ ਡਾਕਟਰ ਮਰੀਜ਼ਾਂ ਨੂੰ ਬਚਾਉਂਦੇ ਬਚਾਉਂਦੇ ਕੋਵਿਡ ਦਾ ਸ਼ਿਕਾਰ ਹੋ ਗਏ ਨਾ ਉਹਨਾਂ ਨੂੰ ਬਹਾਦਰ ਕਿਹਾ ਗਿਆ ਉਹਨਾਂ ਨੂੰ ਕੁਰਬਾਨੀ ਕਿਹਾ ਗਿਆ ਆ ਸਾਡੀਆਂ ਧੀਆ ਭੈਣਾ ਕੋਵਿਡ ਦੇ ਵਿੱਚ ਜੂਝਦੀਆਂ ਉਹਨਾਂ ਦੀਆਂ ਫੋਟੋਆਂ ਆਈਆਂ ਕਿਸੇ ਦੇ ਮਾਸਕ ਲੱਗਦੇ ਲੱਗਦੇ ਨਾਜ਼ਕ ਸਰੀਰ ਦੇ ਉੱਪਰ ਉੱਪਰ ਇੱਥੇ ਸਖਮ ਪਹਿਗੇ ਮਾਸਕ ਕਰਕੇ ਉਹ ਕਿੱਟ ਲੱਗਣ ਕਰਕੇ ਮਾਸਕ ਝਕਮ ਪਹਿਗੇ ਤੇ ਉਹਨਾਂ ਨੂੰ ਸਲੂਟ ਕੀਤਾ ਪ੍ਰਧਾਨ ਮੰਤਰੀ ਨੇ ਸਲੂਟ ਕੀਤਾ ਪੁਲਿਸ ਨੇ ਸਲੂਟ ਕੀਤਾ ਕਿੰਨੀਆਂ-ਕਿੰਨੀਆਂ 25 25 30 30 ਗੱਡੀਆਂ ਜਾ ਕੇ ਖੜ੍ਹਦੀਆਂ ਤੇ ਫਲੈਸ਼ਿੰਗ ਲਾ ਕੇ ਉਹਨਾਂ ਨੂੰ ਵੀ ਧਾਨੋ ਤੁਸੀਂ ਉਹਦੇ ਵਿੱਚ ਜੂਝੇ ਜੇ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਚੇਚਕ ਇਦਾਂ ਹੋਈ ਤੇ ਗੁਰੂ ਸਾਹਿਬ ਦੇ ਮਾਤਾ ਜੀ ਨਾਲ ਨੇ ਜੀ ਉਸ ਵੇਲੇ ਦਿੱਲੀ ਮਾਤਾ ਜੀ ਕਹਿਣ ਲੱਗੇ ਕਿ ਤੁਹਾਨੂੰ ਪੁੱਤਰ ਜਾਣ ਕੇ ਨਹੀਂ ਗੁਰੂ ਜਾਣ ਕੇ ਪੁੱਛਣਾ ਚਾਹੁੰਦੀ ਆ ਤੁਸੀਂ ਤਾਂ ਜਿਸ ਘਰ ਵਿੱਚ ਜਾਂਦੇ ਸੀ ਹੌਸਲੇ ਦੇ ਨਾਲ ਹੀ ਉਹ ਠੀਕ ਹੋ ਜਾਂਦਾ ਸੀ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੇ ਡਿੱਠਾ ਸ਼ਬਦ ਖਜਾਏ ਤੁਹਾਡੇ ਸਰੀਰ ਤੇ ਚੇਚਕ ਸਤਿਗੁਰੂ ਕਹਿਣ ਲੱਗੇ ਮਾਂ ਉਹ ਸਰੀਰ ਕਾਦਾ ਹੋਇਆ ਜਿਹੜਾ ਤੰਦਰੁਸਤੀ ਤੇ ਬਿਮਾਰੀਆਂ ਦੇ ਵਿੱਚੋਂ ਦੀ ਨਹੀਂ ਲੰਘਿਆ ਉਹ ਸਰੀਰ ਕਾਦਾ ਹੋਇਆ ਜਿਹੜਾ ਸੁੱਖਾਂ ਤੇ ਦੁੱਖਾਂ ਵਿੱਚ ਦੀ ਨਹੀਂ ਲੰਘਿਆ ਇਹ ਤਾਂ ਬਣੇ ਨੇ ਆਉਣਗੇ ਸੁਖਾਂ ਵਿੱਚ ਉਛਲਦੇ ਫਿਰਨਾ ਤੇ ਦੁਖਾਂ ਵਿੱਚ ਘਬਰਾ ਜਾਣਾ ਇਹਦਾ ਮਤਲਬ ਇਹਦੇ ਕੋਲੇ ਗਿਆਨ ਦਾ ਸਰਮਾ ਨਹੀਂ ਇਹ ਉਪਦੇਸ਼ ਵਿੱਚ ਰੱਬੀ ਉਪਦੇਸ਼ ਵਿੱਚ ਸ਼ਬਦ ਵਿੱਚ ਭਿੱਜਿਆ ਨਹੀਂ ਤੇ ਸ਼ਬਦ ਵਿੱਚ ਭਿੱਜਣ ਦੇ ਨਾਲ ਸੰਤੁਸ਼ਟੀ ਸ਼ੁਕਰਾਨਾ ਆਤਮਿਕ ਸੁਖ ਮਿਲਦਾ ਹੈ ਇਥੋਂ ਹੀ ਆਪਾਂ ਗੱਲ ਨੂੰ ਕਰਾਂਗੇ ਜੀ ਆਖਰੀ ਦੋ ਪੰਕਤੀਆਂ ਦੋ ਵਾਰੀ ਪੜ੍ਹ ਲਓ ਫਿਰ ਕਿਸੇ ਦਾ ਕੋਈ ਸਵਾਲ ਹੋਇਆ ਤੇ ਆਪਾਂ ਸਵਾਲ ਸਾਂਝਾ ਕਰ ਲਵਾਂਗੇ ਜੀ ਸੁਖ ਹੈ ਕੋ ਸੁਖ ਹੈ ਕੋ ਨਾ ਅੰਤਨਾ ਮਨ ਮੁਖ ਬੂਜਨਾ ਹੋਏ ਸੋ ਸੁਖ ਦੁਖ ਨਾ ਕਰੇ ਧਾਇਆ ਸ਼ਬਦ ਪੇਧ ਸੁਖ ਹੋਏ ਸੁਖ ਹੈ ਕੋ ਦੁਖ ਆਗਲਾ ਮਨ ਮੁਖ ਬੂਜਨਾ ਹੋਏ ਦੋ ਘਣ ਦੋ ਕ ਸਮ ਕਰ ਜਾਣੀਅ ਸ਼ਵਦ ਦੇਦ ਸੋਖੋ ਹੋ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ